ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡੀ ਆਪਣੀ ਜੀਤੋ। ਕੀ ਹਾਲ ਨੇ ਤੁਹਾਡੇ ਸਭ ਦੇ? ਠੀਕ ਹੋ? ਮੈਂ ਵੀ ਬਿਲਕੁਲ ਠੀਕ ਹਾਂ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ। ਤੇ ਥੈਂਕ ਯੂ ਜੋ ਤੁਸੀਂ ਸਾਰੇ ਮੇਰੇ ਨਾਲ ਜੁੜ ਰਹੇ ਹੋ। ਬਿਨਾਂ ਦੱਸੇ ਹੀ ਮੈਂ ਲਾਈਵ ਹੋਈ ਹਾਂ ਅੱਜ। ਫਿਰ ਜ਼ਿਆਦਾਤਰ ਮੈਂ ਬਿਨਾਂ ਦੱਸੇ ਹੀ ਲਾਈਵ ਹੁੰਦੀ ਹਾਂ। ਕਾਫੀ ਤੁਹਾਡੇ ਕਮੈਂਟ ਆ ਰਹੇ ਨੇ ਤੇ ਮੈਂ ਰੀਡ ਕਰਨ ਦੀ ਵੀ ਕੋਸ਼ਿਸ਼ ਕਰਦੀ ਹਾਂ। ਥੈਂਕ ਯੂ ਜੋ ਤੁਸੀਂ ਮੈਨੂੰ ਜੁਆਇਨ ਕੀਤਾ। ਸਭ ਦੀ ਤਹਿ ਦਿਲ ਤੋਂ ਧੰਨਵਾਦੀ ਹਾਂ। ਕਮਲਦੀਪ ਹਾਨੀ ਜੀ ਕਹਿੰਦੇ ਜੀਤੋ ਜੀ, ਹਾਂਜੀ ਹਾਂਜੀ ਮੈਂ ਜੀਤੋ ਜੀ ਗੱਲ ਕਰ ਰਹੀ ਹਾਂ ਬਿਲਕੁਲ ਤੁਹਾਡੇ ਸਾਰਿਆਂ ਦੇ ਨਾਲ। ਤੇ ਹੋਰ ਸੁਣਾਓ ਤੁਸੀਂ ਕਿੱਦਾਂ, ਸਾਰੇ ਠੀਕ ਹੋ? ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ? ਰਿੰਕੂ ਕਲਿਆਣ ਜੀ ਕਹਿੰਦੇ ਹੋਰ ਸੁਣਾਓ ਘਰ ਸਭ ਠੀਕ ਠਾਕ? ਹਾਂਜੀ ਬਿਲਕੁਲ ਠੀਕ ਠਾਕ ਨੇ, ਘਰ ਸਾਰੇ ਵਧੀਆ ਨੇ। ਹਰਦਿਆਲ ਸਿੰਘ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਹਰਦਿਆਲ ਸਿੰਘ ਫਰੋਮ ਹਨੂਮਾਨਗੜ੍ਹ ਰਾਜਸਥਾਨ ਤੋਂ। ਹਾਂਜੀ ਸਤਿ ਸ਼੍ਰੀ ਅਕਾਲ ਹਰਦਿਆਲ ਸਿੰਘ ਜੀ, ਥੈਂਕ ਯੂ ਤੁਸੀਂ ਮੈਨੂੰ ਜੁਆਇਨ ਕੀਤਾ। ਤੇ ਜੱਸੀ ਸਿੰਘ ਖਾਲਸਾ ਜੀ ਹੈਲੋ, ਹਾਂਜੀ ਹੈਲੋ। ਤੇ ਥੈਂਕ ਯੂ ਸਾਰਿਆਂ ਦਾ ਜੋ ਤੁਸੀਂ ਜੁਆਇਨ ਕਰ ਰਹੇ ਹੋ। ਤੇ ਮੈਂ ਕੋਸ਼ਿਸ਼ ਵੀ ਕਰਦੀ ਹਾਂ ਕਿ ਮੈਂ ਤੁਹਾਡੇ ਸਭ ਦੇ ਕਮੈਂਟਸ ਵੀ ਰੀਡ ਕਰ ਸਕਾਂ, ਹਨਾ। ਰਿੰਕੂ ਕਲਿਆਣ ਯੂ ਫਰੋਮ, ਹਾਂਜੀ ਅਸੀਂ ਨਾਭੇ ਤੋਂ। ਤੇ ਏਪੀ ਢਿੱਲੋਂ ਕੀ ਹਾਲ ਹੈ ਜੀ? ਹਾਂਜੀ ਬਿਲਕੁਲ ਠੀਕ ਹਾਂ ਜੀ, ਤੁਸੀਂ ਸੁਣਾਓ ਕਿੱਦਾਂ, ਸਾਰੇ ਠੀਕ ਹੋ? ਮੈਂ ਤਾਂ ਬਿਲਕੁਲ ਠੀਕ ਹਾਂ। ਤੇ ਗੁਰਦੀਪ ਸਿੰਘ ਮਾਨ ਬਹੁਤ ਵਧੀਆ, ਤੁਸੀਂ ਦੱਸੋ? ਹਾਂਜੀ ਮੈਂ ਵੀ ਬਿਲਕੁਲ ਠੀਕ ਹਾਂ ਜੀ, ਬਹੁਤ ਵਧੀਆ ਮੈਂ ਵੀ। ਮਾਹਲ ਸਾਹਿਬ ਬਹੁਤ ਸੋਹਣਾ ਲੱਗਿਆ, ਥੈਂਕ ਯੂ ਜੀ, ਥੈਂਕ ਯੂ ਮਾਹਲ ਸਾਹਿਬ ਜੀ। ਤੇ ਅਵਤਾਰ ਸਿੰਘ ਭੋਗਲ ਜੀ ਜੁੜੇ ਨੇ, ਵੈਰੀ ਵੈਰੀ ਨਾਈਸ, ਕਹਿੰਦੇ ਥੈਂਕ ਯੂ ਜੀ ਅਵਤਾਰ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਜੋ ਤੁਸੀਂ ਮੈਨੂੰ ਜੁਆਇਨ ਕੀਤਾ। ਗੁਰਜੰਟ ਵੰਡੇ ਜੀ ਗੁੱਡ, ਥੈਂਕ ਯੂ ਜੀ, ਥੈਂਕ ਯੂ। ਤੇ ਮੈਂ ਤੁਹਾਡੀ ਸਭ ਦੀ ਤਹਿ ਦਿਲ ਤੋਂ ਧੰਨਵਾਦੀ ਹਾਂ ਜੋ ਤੁਸੀਂ ਹਮੇਸ਼ਾ ਹੀ ਮੇਰੀਆਂ ਸਾਰੀਆਂ ਪੋਸਟਾਂ ਨੂੰ ਇੰਨਾ ਪਿਆਰ ਦਿੰਦੇ ਹੋ। ਤੇ ਬਾਕੀ ਤੁਸੀਂ ਕੇਜੀਤ ਦੇ ਵੀ ਸੌਂਗ ਹਨਾ ਜਿੰਨੇ ਵੀ ਆਏ ਆ ਸਾਰੇ, ਉਹਨਾਂ ਨੂੰ ਬਹੁਤ ਪਿਆਰ ਦਿੱਤਾ ਤੇ ਕਾਫੀ ਤੁਸੀਂ ਉਹਦੇ ਕਮੈਂਟ ਕਰਕੇ ਆਪਣੇ ਵਿਊ ਵੀ ਦਿੱਤੇ ਆ ਸਾਰੇ, ਹਨਾ। ਸਭ ਦੀ ਮੈਂ ਤਹਿ ਦਿਲ ਤੋਂ ਧੰਨਵਾਦੀ ਹਾਂ। ਵਿਕਰਮ ਸਿੰਘ ਸੋ ਬਿਊਟੀਫੁਲ ਜੀ, ਥੈਂਕ ਯੂ ਜੀ, ਥੈਂਕ ਯੂ। ਗੁਰਸੇਵਕ ਸਿੱਧੂ ਹੈਲੋ ਜੀ, ਸ਼ੌਕਤ ਅਹਿਮਦ ਸ਼ੇਖ ਨਾਈਸ, ਥੈਂਕ ਯੂ ਜੀ, ਥੈਂਕ ਯੂ, ਸਭ ਦਾ ਤਹਿ ਦਿਲ ਤੋਂ ਧੰਨਵਾਦ। ਅਰੁਣ ਜੀ ਕਹਿ ਰਹੇ ਨੇ ਘੈਂਟ ਗੱਲਬਾਤ ਮੈਮ, ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਤੁਹਾਡਾ। ਰਣਵੀਰ ਸਿੰਘ ਹੈਲੋ, ਮਾਹਲ ਸਾਹਿਬ ਤੁਹਾਡੇ ਵੀ ਧੰਨਵਾਦ ਜੀ, ਥੈਂਕ ਯੂ, ਥੈਂਕ ਯੂ ਜੀ ਮਾਲ ਸਾਹਿਬ, ਥੈਂਕ ਯੂ। ਅਸਲਮ ਸ਼ਰੀਫ ਵੈਰੀ ਨਾਈਸ ਜੀ, ਹਾਂਜੀ ਥੈਂਕ ਯੂ, ਬਹੁਤ ਬਹੁਤ ਧੰਨਵਾਦ। ਰਿੰਕੂ ਕਲਿਆਣ ਮੈਡਮ ਜੀ ਸੋ ਬਿਊਟੀਫੁਲ ਜੀ, ਥੈਂਕ ਯੂ, ਥੈਂਕ ਯੂ ਰਿੰਕੂ ਕਲਿਆਣ ਜੀ, ਬਹੁਤ ਬਹੁਤ ਧੰਨਵਾਦ ਭਾਈ ਤੁਹਾਡਾ, ਜਿਹੜਾ ਤੁਸੀਂ ਇੰਨਾ ਲਾਈਕ ਸ਼ੇਅਰ ਕਰਦੇ ਹੋ, ਸਾਰਿਆਂ ਦਾ ਹੀ ਧੰਨਵਾਦ ਹੈ। ਭੁਪਿੰਦਰ ਸਿੰਘ ਚਾਹ ਜੀ ਸਤਿ ਸ਼੍ਰੀ ਅਕਾਲ ਬੀਬਾ ਜੀ, ਤੁਸੀਂ ਮੇਰੀ ਫਤਿਹ ਦਾ ਕਦੇ ਜਵਾਬ ਨਹੀਂ ਦਿੱਤਾ ਜੀ। ਨਹੀਂ ਜੀ ਮੈਂ ਹਮੇਸ਼ਾ ਹੀ ਸਾਰਿਆਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰ ਦਿੰਦੀ ਹਾਂ ਭੁਪਿੰਦਰ ਸਿੰਘ ਚਹਿਲ ਜੀ, ਬਾਕੀ ਜੇ ਤੁਹਾਨੂੰ ਇੱਦਾਂ ਲੱਗਿਆ ਤਾਂ ਉਹਦੇ ਲਈ ਮੈਂ ਮਾਫੀ ਮੰਗਦੀ ਹਾਂ। ਤੇ ਸਤਿ ਸ਼੍ਰੀ ਅਕਾਲ ਤੁਹਾਨੂੰ ਮੇਰੇ ਵੱਲੋਂ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੋ ਤੁਸੀਂ ਜੁਆਇਨ ਕੀਤਾ। ਤੁਸੀਂ ਮੈਨੂੰ ਕਾਫੀ ਸੀਨੀਅਰ ਲੱਗ ਰਹੇ ਹੋ, ਮੈਂ ਤੁਹਾਡੀ ਪ੍ਰੋਫਾਈਲ ਪਿਕ ਜਿੰਨੀ ਕੁ ਦੇਖ ਪਾ ਰਹੀ ਹਾਂ, ਹਨਾ। ਥੈਂਕ ਯੂ ਤੁਹਾਡਾ ਜੁਆਇਨ ਕਰਨ ਦੇ ਲਈ, ਇੱਦਾਂ ਦੀ ਕੋਈ ਗੱਲ ਨਹੀਂ। ਬਾਕੀ ਮੈਂ ਹਮੇਸ਼ਾ ਹੀ ਕੋਸ਼ਿਸ਼ ਕਰਦੀ ਹਾਂ ਕਿ ਮੈਂ ਸਾਰਿਆਂ ਦੇ ਸਵਾਲਾਂ ਦੇ ਜਵਾਬ ਦੇ ਸਕਾਂ, ਸਾਰਿਆਂ ਦੇ ਨਾਮ ਲੈ ਸਕਾਂ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਕਹਿੰਦੀ ਹੋਈ ਹਾਂ ਹਮੇਸ਼ਾ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਿੰਘ ਹਰਦੀਪ ਮਾਹੀ ਜੀ ਕਹਿੰਦੇ ਬਾ ਕਮਾਲ,
धन्यवाद जी, धन्यवाद बहुत बहुत थोड़ा। हरदीप माही जी, एडे वे भाई, एक तो तुम नौ रखते हो, मैं तो पढ़ने ही औखे हो जाते हैं। होर मैं हूं ठहरी अनपढ़ ती मी, इन्ने कितों मैनू बुढ़ी ठहरी, मैं नौ पढ़ सकती हूँ, थोड़े एडे वे वे नौ होंगे ने भाई, छोटे छोटे जे नौ तो मैं झट पढ़ लैनी हूँ, फिर तुम कहते हो साढ़े नौ नहीं पढ़ती हैगी। हूँ के जी तो थोड़ी पढ़ लें, थोड़े नौ सारा कुछ उन्होंने तो पढ़ना आता, मैनू बहुत टाइम लग जाता फिर पढ़न भाई। जस सिंह जस वेरी नाइस, सतपाल आही, खुश रहो भाई। हां जी हां जी, खुश रहने जी, खुश ही रहने की कोशिश करी दी, रोके कितने टाइम लंघ देने जय खाने दे, रोके तो घड़ी कढ़नी औखी हो जाती है, नाल जेड़ा कुछ होना तो हो ही जाना, साढ़े रोकण नाल कित्थे रुकदा कुछ, इत्थे दुनिया ते केड़ा काम रुक गया साढ़े रोकण नाल, जेड़ा अगे रोक लांगे असीं इत्थे पहाड़। ਪਿੰਦਰ ਬਿੰਦਰ ਸਿੰਘ ਸੱਗੂ ਕੀ ਹਾਲ ਹੈ ਤੁਹਾਡਾ? ਹਾਂਜੀ ਜਮਾ ਠੀਕ ਆ ਜੀ। ਸੋਨੀ ਕੰਡੋਲਾ ਜੀ ਵੀ ਆ ਗਏ ਸਾਡੇ ਨਾਲ, ਸਤਿ ਸ੍ਰੀ ਅਕਾਲ ਸੋਨੀ ਜੀ, ਕੀ ਹਾਲ ਨੇ ਤੁਹਾਡੇ? ਠੀਕ ਹੋ ਭਾਈ? ਹੈ ਕਿਵੇਂ ਚੱਲਦਾ ਕੰਮ ਕਰ ਤੁਹਾਡਾ ਕੈਨੇਡਾ ਵਾਲਿਆਂ ਦਾ? ਜਸ ਸਿੰਘ ਸਿੰਘ ਇਗਨੋਰਿੰਗ ਯੂ, ਲਾ ਕਰ ਲਓ ਭਾਈ, ਇੱਥੇ ਸਾਨੂੰ ਤਾਂ ਦੁਨੀਆ ਇਗਨੋਰ ਕਰ ਜਾਂਦੀ ਆ, ਅਸੀਂ ਦੁਨੀਆ ਨੂੰ ਕਰ ਦਿੰਦੇ, ਐਡੀ ਕਿਹੜੀ ਟੈਨਸ਼ਨ ਲੈ ਲਈ, ਇਗਨੋਰਿੰਗ ਯੂ, ਕਰੋ ਕਰੋ ਕਰੋ, ਬਹੁਤ ਅੱਸੇ, ਲੋਏ ਲੋਏ ਨਿਕਲੋ। ਰਿੰਕੂ ਕਲਿਆਣ ਯੀਅਰਸ ਮੈਡਮ ਜੀ, ਪ੍ਰਦੀਪ ਗੋਲਡੀ ਜੀ ਵੀ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਨੀ ਵੈਰੀ ਨਾਈਸ ਜੀ, ਕੁਲਵੰਤ ਸਿੰਘ ਹੈਲੋ ਹਨੀ, ਸਹੀ ਗੱਲ ਹੈ, ਕਿਹੜੀ ਗੱਲ ਤੋਂ ਸਹੀ ਗੱਲ ਹੈ ਭਾਈ ਹੋਣੀ, ਮੈਨੂੰ ਤਾਂ ਹੁਣ ਪਤਾ ਨੀ ਤੁਸੀਂ ਕਿਹੜੀ ਗੱਲ ਪਿੱਛੇ ਸਹੀ ਗੱਲ ਕਹਿ ਰਹੇ ਹੋ। ਸੋਨੀ ਕੰਡੋਲਾ, ਕਿਰਪਾ ਜੀ ਤੁਹਾਡੀ, ਲੈ ਲੈ ਸਾਡੀ ਕਾਹਦੀ ਕਿਰਪਾ ਭਾਈ, ਹੱਦ ਹੋ ਗਈ ਤੁਹਾਡੀ ਸੋਨੀ, ਆ ਕੁੜੀ ਕੇ ਜੀ ਤੇ ਲੈਂਦੀ ਹੁੰਦੀ ਆ ਤੁਹਾਡਾ ਨੋ, ਸੋਨੀ ਭਾਜੀ, ਸੋਨੀ ਭਾਜੀ ਕਰਦੀ ਹੁੰਦੀ ਆ, ਮੈਨੂੰ ਤਾਂ ਪਤਾ ਤੁਹਾਡਾ, ਮੈਂ ਤਾਂ ਹੁਣ ਤੁਹਾਨੂੰ ਜਾਣਦੀ ਨੀ ਹੈਗੀ, ਮੈਂ ਠਹਿਰੀ ਜੀਤੋ। ਬਾਕੀ ਤੁਸੀਂ ਬਹੁਤ ਨਾਈਸ ਪਰਸਨ ਹੋ, ਮੈਨੂੰ ਇੰਨਾ ਕੁ ਤਾਂ ਉਹਨੇ ਦੱਸਿਆ ਹੋਇਆ ਤੁਹਾਡੇ ਬਾਰੇ, ਸਾਰੀ ਗੱਲਬਾਤ ਕਰਦੀ ਹੁੰਦੀ ਆ, ਤੁਹਾਡੀ ਕੰਪਨੀ ਚ ਗੀਤ ਵੀ ਆਏ ਨੇ ਹਨਾ ਉਹਦੇ, ਕੁੜੀ ਦੇ ਕੇ ਜੀਤ ਦੇ। ਹਰਵਿੰਦਰ ਸਿੰਘ, ਤੁਹਾਡੇ ਕੋਲੇ ਤਾਂ ਰਾਤ ਹੋਊਗੀ ਹਨਾ, ਸਵੇਰ ਹੋ ਗਈ ਹੋਣੀ ਆ ਤੁਹਾਡੇ ਕੋਲੇ ਤਾਂ ਹਨਾ, ਸਾਡੇ ਕੋਲੇ ਰਾਤ ਹੋਊਗੀ। ਠੀਕ ਹੈ ਹਰਵਿੰਦਰ ਸਿੰਘ, ਨਾਈਸ ਮੈਮ ਜੀ, ਧੰਨਵਾਦ ਵੀ ਭਾਈ ਬਹੁਤ ਬਹੁਤ ਹਰਵਿੰਦਰ ਸਿੰਘ ਤੁਹਾਡਾ ਵੀ, ਹਾਂ ਤੁਸੀਂ ਟਾਈਮ ਕੱਢ ਕੇ ਆਪਦੇ ਕੀਮਤੀ ਟਾਈਮ ਚੋਂ ਭਾਈ ਤੁਸੀਂ ਜਿਹੜਾ ਸੁਣਨ ਲੱਗੇ ਹੋ ਮੇਰੀਆਂ ਗੱਲਾਂ, ਤੁਹਾਡੀ ਸਭ ਦੀ ਮੈਂ ਤਹਿ ਦਿਲ ਤੋਂ ਧੰਨਵਾਦੀ ਹਾਂ। ਬੇਅੰਤ ਸਿੰਘ, ਰੋਟੀ ਖਾ ਤੋ, ਗੁੱਡ ਈਵਨਿੰਗ ਮੈਡਮ ਜੀ, ਬੇ ਭਾਈ ਪੰਜਾਬੀ ਚ ਗੱਲ ਕਰਿਆ ਕਰੋ, ਮੇਰੇ ਨਾਲ ਇੰਨੀ ਅੰਗਰੇਜ਼ੀ ਗਰੂਜੀ ਨਹੀਂ ਆਉਂਦੀ ਮੈਨੂੰ, ਫਿਰ ਕਹੋਗੇ ਜਵਾਬ ਨਹੀਂ ਦਿੰਦੀ ਹੈਗੀ, ਹੁਣ ਮੈਨੂੰ ਜਿਹੜੀ ਗੱਲ ਦੀ ਸਮਝ ਆ ਜਾਂਦੀ ਉਹਨਾਂ ਚ ਤਾਂ ਮੈਂ ਜਵਾਬ ਦੇ ਦਿੰਦੀ ਹੁੰਦੀ ਹਾਂ। ਠੀਕ ਆ, ਹੁਣ ਜਿਹੜੀ ਮੈਨੂੰ ਸਮਝ ਹੀ ਨਾ ਆਵੇ ਫਿਰ ਤੁਸੀਂ ਗੁੱਸਾ ਕਰ ਜਾਂਦੇ ਹੋ ਭਾਈ, ਫਿਰ ਐਂ ਗੱਲ ਨਹੀਂ ਬਣਦੀ ਹੈਗੀ। ਠੀਕ ਆ, ਪੰਜਾਬੀ ਚ ਗੱਲ ਕਰਿਆ ਕਰੋ ਮੇਰੇ ਨਾਲ। ਹਣੀ ਕਹਿੰਦੇ ਬੈਰੀ, ਕੁਛ ਨੀ ਰੁਕਦਾ ਏ ਰੋਕੇ ਤੋਂ ਜੀ, ਹੋਰ ਹੋਰ ਭਾਈ ਕੁਛ ਨੀ ਰੁਕਦਾ ਜੀ। ਸੋਨੀ ਕੰਡੋਲਾ ਕਹਿੰਦੇ ਜੀਤੋ ਜੀ ਨਵੇਂ ਗੀਤ ਵੀ ਐਡ ਕਰ ਦਿਓ। ਹਾਂਜੀ ਹਾਂਜੀ ਸੋਨੀ ਜੀ, ਜਰੂਰ ਜੀ, ਸੋਨੀ ਹੋਣਾ ਦੀ ਕੰਪਨੀ ਚ ਨਵਾਂ ਗੀਤ ਆਇਆ ਭਾਈ, ਟਰਾਲਾ ਗੁਰਬਖਸ਼ ਸੌਂਕੀ ਜੀ ਦਾ ਗਾਣਾ ਹੈ। ਠੀਕ ਆ, ਤੇ ਉਹ ਭਾਈ ਤੁਸੀਂ ਹੁਣ ਉਹਨੂੰ ਸਾਰੇ ਸੁਣ ਲਿਓ। ਠੀਕ ਆ, ਮੈਂ ਪੇਜ ਤੇ ਲਿੰਕ ਵੀ ਸ਼ੇਅਰ ਕਰ ਦਿੰਨੀ ਆ ਇਹਦੇ ਤੇ, ਮੇਰੇ ਵਾਲੇ ਤੇ ਕੇ ਜੀ ਦਲਾਲੀ ਵਾਲੇ ਪੇਜ ਤੇ ਟਰਾਲਾ ਵਰਸਸ ਡਾਲਰ, ਸੋਨੀ ਕੰਡੋਲਾ ਜੀ ਉਹਨਾਂ ਦੀ ਕੰਪਨੀ ਚ ਗੀਤ ਆਇਆ, ਤਲਵੀਰ ਕੋਮਲ ਜੀ ਦਾ ਲਿਖਿਆ ਹੋਇਆ ਗਾਣਾ ਗਾ ਤੇ ਬਹੁਤ ਵਧੀਆ ਡਿਊਟ ਸੌਂਗ ਆ, ਟਰਾਲਾ ਵਰਸਸ ਡਾਲਰ, ਗੁਰਬਖਸ਼ ਸੌਂਕੀ ਜੀ ਤੇ ਰਜਾ ਹੀਰ ਦੀ ਆਵਾਜ਼ ਚ। ਠੀਕ ਹੈ ਭਾਈ, ਇਹਨੂੰ ਤੁਸੀਂ ਹੁਣ ਸੁਣਿਓ ਸਾਰੇ ਤੇ ਸ਼ੇਅਰ ਕਰਿਓ ਤੇ ਵੱਧ ਤੋਂ ਵੱਧ ਸਪੋਰਟ ਕਰਨੀ ਆ ਆਪਾਂ ਨੇ, ਸੋਨੀ ਜੀ ਉਹਨਾਂ ਦੀ, ਸਾਰੀ ਟੀਮ ਦੀ, ਗੁਰਬਖਸ਼ ਸੌਂਕੀ ਜੀ ਦੀ, ਸਭ ਦੀ। ਠੀਕ ਹੈ, ਸਾਰਿਆਂ ਨੇ ਜ਼ਰੂਰ ਸੁਣਨਾ। ਸੋਨੀ ਕੰਡੋਲਾ ਜੀ ਕਹਿੰਦੇ ਕੇਜੀਤ ਕੌਰ ਦਾ ਨਵਾਂ ਗੀਤ ਆ ਰਿਹਾ ਛੇਤੀ। ਹਾਂਜੀ, ਇਹ ਸੋਨੀ ਜੀ ਹੁਣੀ ਮੇਰੇ ਵੀ ਗੀਤ ਰਿਕਾਰਡ ਕਰ ਲੈਣੇ, ਮੈਂ ਪਹਿਲਾਂ ਵੀ ਤੁਹਾਨੂੰ ਦੱਸੀ ਸੀ ਇਹ ਗੱਲ ਤੇ ਬਹੁਤ ਛੇਤੀ ਆਪਣੇ ਵੀ ਆਉਣਗੇ ਇਹਨਾਂ ਦੀ ਕੰਪਨੀ ਚ ਗਾਣੇ। ਠੀਕ ਆ, ਤੇ ਇਹਨਾਂ ਦੇ ਟਰਾਲਾ ਵਰਸਸ ਡਾਲਰ ਗੀਤ ਦੀ ਤੁਸੀਂ ਹੁਣ ਸੁਣ ਲਿਓ, ਮੈਂ ਲਿੰਕ ਸ਼ੇਅਰ ਕਰਦੀ ਹਾਂ ਹੁਣੀ ਆ, ਲੈਬ ਤੋਂ ਬਾਅਦ ਕਰਦੀ ਹਾਂ ਮੈਂ। ਹੋਰ ਸੋਨੀ ਜੀ ਚਾਹ ਪੀ ਲਓ, ਕੀ ਹਾਲ ਨੇ, ਠੀਕ ਹੋ? ਗੀਤ ਤਾਂ ਤੁਹਾਡਾ ਉਈਂ ਬਥੇਰਾ ਹਿੱਟ ਹੋ ਜਾਣਾ, ਟੈਨਸ਼ਨ ਨਾ ਲਓ ਤੁਸੀਂ, ਸੋਹਣਾ ਗਾਣਾ ਮੈਂ ਸੁਣ ਲਿਆ ਹੁਣੀ, ਤੁਸੀਂ ਮੈਨੂੰ ਲਿੰਕ ਭੇਜਿਆ ਤੀ, ਮੈਂ ਸੁਣ ਕੇ ਫਿਰ ਬਾਅਦ ਚ ਲੈਬ ਹੋਈ ਹਾਂ ਮੈਂ। ਪ੍ਰਦੀਪ ਗੋਲਡੀ ਕਹਿੰਦੇ ਬਹੁਤ ਵਧੀਆ ਜੀ, ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ। ਬਹੁਤ ਬਹੁਤ ਧੰਨਵਾਦ ਗੋਲਡੀ ਜੀ ਤੁਹਾਡਾ, ਜੋ ਤੁਸੀਂ ਇੰਨੀਆਂ ਅਸੀਸਾਂ ਦਿੰਦੇ ਹੋ ਹਮੇਸ਼ਾ। ਸੁਖਵਿੰਦਰ ਸਿੰਘ, ਨਾਈਸ ਭੈਣ ਜੀ,
ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਜੋ ਤੁਸੀਂ ਇੰਨਾ ਪਿਆਰ ਸਤਿਕਾਰ ਦਿੰਦੇ ਹੋ ਹਮੇਸ਼ਾ ਹੀ ਮੈਨੂੰ ਹਨਾ, ਤੇ ਕੇਜੀਤ ਨੂੰ ਵੀ ਦਿੰਦੇ ਹੋ ਤੁਸੀਂ ਪਿਆਰ ਬਹੁਤ, ਤੇ ਤੁਸੀਂ ਮੈਨੂੰ ਜੀਤੋ ਨੂੰ ਵੀ ਮੇਰੀਆਂ ਵੀਡੀਓ ਸਾਰੀਆਂ ਨੂੰ ਤੁਸੀਂ ਬਹੁਤ ਭਾਈ ਸ਼ੇਅਰ ਕੀਤਾ ਹੈ, ਬਹੁਤ ਤੁਸੀਂ ਉਹਨੂੰ ਲਾਇਕ ਕੀਤਾ ਹਨਾ, ਤੇ ਮੈਂ ਤੁਹਾਡੀ ਸਭ ਦੀ ਤਹਿ ਦਿਲ ਤੋਂ ਹੀ ਧੰਨਵਾਦ ਆ। ਸੋਨੀ ਕੰਡੋਲਾ ਜੀ ਕਹਿੰਦੇ ਬਸ ਕਿਰਪਾ ਜੀ ਜੀਤੋ ਜੀ ਦੀ, ਜੀਤੋ ਜੀ ਦੀ ਕਿਰਪਾ, ਜੀਤੋ ਜੀ ਬਹੁਤ ਬਾਬਾ ਬਣ ਗਈ ਕਿਤੇ, ਜੀਤੋ ਦਾ ਮਾਰਦੀ ਆ ਕਮਲੀਆਂ, ਤੁਸੀਂ ਨਾ ਬਸ ਕਰਿਆ ਕਰੋ ਨਾਲੇ। ਸਾਰੀ ਗੱਲ ਭੁਲਾਤੀ ਸੋਨੀ ਤੁਸੀਂ ਮੈਨੂੰ। ਅਮਨ ਸੇਖਾ, ਅਮਨ ਸੇਖਾ ਕਹਿੰਦੇ ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਭਾਈ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭਾਈ। ਗੁੱਸਾ ਵੀ ਨਾ ਕਰ ਜਿਓ ਬਾਅਦ ਚ, ਕਹਿੰਦੇ ਨੂੰ ਸਾਡੀ ਗੱਲ ਦਾ ਜਵਾਬ ਨਹੀਂ ਦਿੱਤਾ ਹੈਗਾ। ਹੋਰ ਬਹੁਤ ਔਖਾ ਭਾਈ ਤੁਹਾਡਾ ਫੇਸਬੁੱਕ ਵਾਲਿਆਂ ਦਾ ਤਾਂ। ਗੁਰਚਰਨ ਭੁੱਲਰ ਮੈਡਮ ਪਵਾਤਾ ਮੀਂਹ, ਲੈ ਮੈਡਮ ਕੋਲ ਤਾਂ ਆਇਆ ਨੀ ਅਜੇ ਤੱਕ ਮੀਂਹ, ਤੁਹਾਡੇ ਕੋਲ ਕਿੱਥੋਂ ਮੀਂਹ ਪੈ ਗਿਆ? ਸਾਡੇ ਤਾਂ ਸੁੱਕਾ ਪਿਆ, ਇੱਥੇ ਬੱਦਲ ਆਈ ਜਾਂਦੇ ਨੇ, ਉੱਡੀ ਜਾਂਦੇ ਨੇ। ਆ ਤੜਕੇ ਕਿਸੇ ਨੇ ਇੱਧਰ ਮਸ਼ੀਨ ਲਾ ਲਈ ਤੀ ਸਾਡੇ, ਕਹਿੰਦੀ ਇੰਨੀ ਗੰਦ ਪਾਤਾ ਸਾਡੇ ਸਾਰੇ ਵਿਹੜੇ ਚ ਭਾਈ। ਹੋਰ ਮਿੱਟੀ ਉਹ ਮਿੱਟੀ ਕਰਦੇ ਸਾ, ਦਰਵਾਜ਼ੇ ਬੰਦ ਕਰਕੇ ਬੈਠੇ ਰਹੇ ਆ, ਹੁਣ ਖੋਲੇ ਨੇ ਮਾੜੇ ਜੇ, ਸਾਹ ਘੁੱਟਣ ਵਾਲੇ ਹੋ ਗਏ ਸਾਡੇ ਤਾਂ। ਆ ਪ੍ਰਭ ਬਾਹਰ ਵਗ ਗਿਆ ਤੀ ਗੇੜਾ ਮਾਰਨ ਨੂੰ ਵਿਹੜੇ ਚ, ਆਏ ਸਿਰ ਚ ਪੈ ਗਈ ਇਹਦੇ ਮਿੱਟੀ। ਹੋਰ ਹੁਣ ਮੀਂਹ ਪੈ ਜਾਂਦਾ ਫਿਰ ਨਾ ਕਿੱਥੇ ਧੂੜ ਮਿੱਟੀ ਉੱਡਣੀ ਸੀਗੀ, ਫਿਰ ਤਾਂ ਸਹੀ ਹੋ ਜਾਂਦਾ ਸਾਰਾ ਕੁਛ। ਲੱਡੂ ਕੌਣ ਭੇਜੀ ਜਾਂਦਾ ਵੀ ਭਾਈ, ਇੰਨਾ ਮਿੱਠਾ ਨਾ ਖਾਇਆ ਕਰੋ। ਹੋਰ ਮਿੱਠਾ ਖਾਣਾ ਵਧੀਆ ਨਹੀਂ ਹੁੰਦਾ ਇੰਨਾ ਸਿਹਤ ਵਾਸਤੇ। ਰਿੰਕੂ ਕਲਿਆਣ, ਹੋਰ ਸੁਣਾਓ ਗੱਲ ਬਾਤਾਂ ਮੈਡਮ ਜੀ। ਇੰਨੀਆਂ ਤਾਂ ਭਾਈ ਗੱਲਾਂ ਸੁਣਾਈ ਜਾਂਦੀ ਆ, ਹੋਰ ਮੈਂ ਅੱਗੇ ਮੈਨੂੰ ਪ੍ਰਭ ਵੀ ਅੱਜ ਕਹਿੰਦਾ ਸੀ, ਕਹਿੰਦਾ ਤੁਸੀਂ ਕਿਵੇਂ, ਕਹਿੰਦਾ ਇੰਨਾ ਬੋਲ ਲੈਂਦੇ ਹੋ, ਕਹਿੰਦਾ ਲਾਈਵ ਹੋ ਕੇ ਕਿੰਨੀਆਂ ਗੱਲਾਂ ਕਹਿੰਦਾ ਤੁਸੀਂ ਮਾਰ ਲੈਂਦੇ ਹੋ। ਅੱਜ ਮੈਨੂੰ ਪੁੱਛਦਾ ਤੀ ਇਹ, ਕਹਿੰਦਾ ਤੁਸੀਂ ਇੰਨੀ ਦੇਰ ਕਿਵੇਂ ਬੋਲ ਲੈਂਦੇ ਹੋ, ਕਹਿੰਦਾ ਮੈਂ ਕਿਹਾ ਉਹ ਤਾਂ ਉਹ ਗੱਲਾਂ ਮਾਰਦੇ ਨੇ, ਮੈਂ ਤਾਂ ਉਹਨਾਂ ਦੀਆਂ ਗੱਲਾਂ ਦੇ ਜਵਾਬ ਦਿੰਦੀ ਹੁੰਦੀ ਹਾਂ। ਸੁਖਵਿੰਦਰ ਸਿੰਘ, ਪਰਮਿੰਦਰ ਕੌਰ ਨਾਈਸ ਭੈਣ ਜੀ, ਹਾਂਜੀ ਹਾਂਜੀ ਪਰਮਿੰਦਰ ਕੌਰ ਜੀ ਬਹੁਤ ਬਹੁਤ ਧੰਨਵਾਦ ਭੈਣ ਜੀ, ਤੁਸੀਂ ਮੇਰੇ ਨਾਲ ਜੁੜੇ ਹੋ ਤੇ ਥੈਂਕ ਯੂ ਬਹੁਤ ਬਹੁਤ ਤੁਹਾਡਾ, ਜੋ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਮੇਰੀਆਂ ਗੱਲਾਂ ਸੁਣਨ ਲਈ। ਗੁਰਚਰਨ ਭੁੱਲਰ ਕਹਿੰਦੇ ਇਹ ਚਰਨਾਂ ਦੀ ਧੂੜ ਆ। ਨਹੀਂ ਨਹੀਂ ਬਿਲਕੁਲ ਸਹੀ ਗੱਲ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਇੰਨੀ ਮਿਹਨਤ ਦੀ ਕਮਾਈ ਹੁੰਦੀ ਹੈ ਕਿਸਾਨਾਂ ਦੀ, ਉਹ ਤਾਂ ਚਲੋ ਵੱਖਰੀ ਗੱਲ ਕਰਦੀ ਹਾਂ ਮੈਂ। ਜਸ ਨੂਰ ਕਹਿੰਦੇ ਵੈਰੀ ਨਾਈਸ, ਬਹੁਤ ਬਹੁਤ ਧੰਨਵਾਦ ਤੁਹਾਡਾ ਜਸ ਨੂਰ ਜੀ। ਆ ਕੀ ਆ ਨੋਨਾ ਖਾਨਪੁਰ, ਮੈਂ ਵੀ ਬਹੁਤ ਬੋਲਦਾ ਜੀ, ਅੱਸਿਆ ਜੀ ਭਾਈ ਵਧੀਆ ਗੱਲ ਆ, ਬੋਲ ਕੇ ਹੱਸ ਖੇਡ ਕੇ ਟਾਈਮ ਪਾਸ ਹੋ ਜਾਂਦਾ, ਹੋਰ ਇੱਥੇ ਹੁਣ ਕੀ ਸੁਣਨ ਹੋ ਕੇ ਬੈਠੇ ਰਹੀਏ। ਆ ਉਹਨੇ ਮਰਜ਼ੀ ਹੁਣ ਟੈਨਸ਼ਨ ਲੈ ਲੈ ਕੇ ਤਾਂ ਚੱਲੀ ਜਾਣੇ ਨੇ, ਦੁਨੀਆਦਾਰੀ ਦੇ ਕੁੱਤਖਾਨੇ ਨਹੀਂ ਨਿਬੜਨੇ ਹੈਗੇ ਜਿਉਂਦੇ ਜੀ, ਇਹ ਤਾਂ ਜਿੱਦਣ ਮਰਾਂਗੇ ਉਦਣ ਹੀ ਜਾਨ ਸੁੱਟਣੀ ਹੈ ਇਹਨਾਂ ਤੋਂ ਤਾਂ। ਬਲਵਿੰਦਰ ਸੋਹਲ ਕਹਿੰਦੇ ਗੁੱਡ ਜੋਬ, ਧੰਨਵਾਦ ਜੀ ਧੰਨਵਾਦ, ਜੋਬ ਕਾਹਦੀ ਹੈ, ਪਹਿਲੇ ਬੈਠੇ ਗੱਲਾਂ ਮਾਰਦੇ ਹਾਂ, ਅਸੀਂ ਤਾਂ ਗੱਪਾਂ ਵੱਢਣ ਨੂੰ ਲੱਗੇ ਰਹਿੰਦੇ ਹਾਂ 24 ਘੰਟੇ। ਤੇ ਸੁੱਖਾ ਸਿੰਘ ਤੁਸੀਂ ਬਹੁਤ ਕਿਊਟ ਹੋ ਜੀ, ਲੈ ਹੱਦ ਹੋਊਗੀ ਭਾਈ ਤੁਹਾਡੇ ਵਾਲੀ ਤਾਂ, ਕਿਹੜੇ ਕਿਊਟ ਕਿਆਟ ਨਹੀਂ ਹੈਗੇ, ਤਾਂ ਸਿੱਧੇ ਸਾਧੇ ਜੀ ਹੈਗੇ ਆ, ਤੁਹਾਨੂੰ ਲੱਗਿਆ ਤਾਂ ਚਲੋ ਕੋਈ ਗੱਲ ਨੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਭੁਪਿੰਦਰ ਸਿੰਘ ਗੁੱਡ, ਧੰਨਵਾਦ ਜੀ ਧੰਨਵਾਦ ਭੁਪਿੰਦਰ ਸਿੰਘ ਜੀ। ਸੁੱਖਾ ਸਿੰਘ ਤੁਸੀਂ ਬਹੁਤ ਕਿਊਟ ਹੋ, ਭੁਪਿੰਦਰ ਸਿੰਘ ਵੈਰੀ ਨਾਈਸ, ਇਲੈਕਟ੍ਰੀਅਨ ਮੀਰ ਮੁਹੰਮਦ ਅਫਜ਼ਲ, ਅੱਲਾ ਬਲੈਸ ਯੂ, ਥੈਂਕ ਯੂ ਜੀ, ਕਸ਼ਮੀਰ ਸੇ ਬਾਤ ਕਰ ਰਹੇ ਹਾਂ, ਠੀਕ ਹੈ, ਥੈਂਕ ਯੂ ਜੀ ਮੀਰ ਮੁਹੰਮਦ ਜੀ। ਅਮਰੀਕ ਸਿੰਘ ਹੈਲੋ ਜੀ, ਹਾਂਜੀ ਹੈਲੋ। ਜੁਗਰਾਜ ਸਿੰਘ ਚਹਿਲ, ਵੈਰੀ ਨਾਈਸ, ਧੰਨਵਾਦ ਜੀ ਧੰਨਵਾਦ ਜੁਗਰਾਜ ਸਿੰਘ ਜੀ, ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਜੋ ਤੁਸੀਂ ਮੈਨੂੰ ਜੁਆਇਨ ਕਰ ਰਹੇ ਹੋ, ਨਵੇਂ ਵੀ ਜੋ ਆ ਰਹੇ ਹੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਤੇ ਮੈਂ ਸਭ ਦੀ ਤਹਿ ਦਿਲ ਤੋਂ ਹੀ ਧੰਨਵਾਦੀ ਹਾਂ ਤੁਹਾਡੀ। ਇਹ ਦਰਵਾਜ਼ਾ ਖੋਲਦੇ, ਹਾਂ ਮੈਨੂੰ ਨਹੀਂ ਆਉਂਦਾ ਇੱਧਰ। ਨੋਨਾ ਖਾਨਪੁਰ ਕਹਿੰਦਾ ਬਾਹਲਾ ਹੀ ਕੱਬਾ ਸੁਭਾਅ ਜੀ ਤੁਹਾਡਾ, ਬਈ ਭਾਈ ਹੋਰ ਹੁਣ ਅੱਜ ਕੱਲ੍ਹ ਇੱਥੇ ਸਾਊਆਂ ਦਾ ਕਿਹੜਾ ਜ਼ਮਾਨਾ ਰਹਿ ਗਿਆ, ਦੁਨੀਆਂ ਤਾਂ ਉਹੀ ਦੇਖ ਲਾ ਕਿਵੇਂ ਫਿਰਦੀ ਆ, ਹੱਥਾਂ ਤੇ ਹੱਥ ਮਾਰਦੀ ਲੋਕ, ਭੋਲੇ ਬੰਦੇ ਨੂੰ ਕਿਹੜਾ ਜਿਉਣ ਦਿੰਦਾ ਇੱਥੇ ਦੁਨੀਆਂ ਤੇ, ਇਹ ਤਾਂ ਕੱਬੇ ਸੁਭਾਅ ਹੀ ਰੱਖਣੇ ਪੈਂਦੇ ਨੇ ਅੱਜ ਕੱਲ੍ਹ ਤਾਂ ਭਾਈ, ਹੋਰ ਸਾਊ ਸੂ ਬਣ ਕੇ ਕੋਈ ਨੀ ਇੱਥੇ ਪੁੱਛਦਾ ਕਿਸੇ ਨੂੰ, ਆਪਦਾ ਚਲਾਕ ਚੁਸਤ ਹੋ ਕੇ ਰਿਹਾ ਕਰੋ ਦੁਨੀਆਂ ਤੇ, ਬਹੁਤ ਦੁਨੀਆਂ ਖਰਾਬ ਹੋ ਗਈ ਅੱਜ ਕੱਲ੍ਹ ਤਾਂ ਦੇਖ ਲਓ, ਹੁਣ ਉਹੀ
ਹਾਂ ਕੀ ਕਹਿੰਦੇ ਹੁੰਦੇ ਨੇ ਆਪਾਂ ਨੂੰ ਕਿੰਨੇ ਮੈਸੇਜ ਆਉਂਦੇ ਨੇ ਫੋਨਾਂ ਤੇ ਓਟੀਪੀ ਵਗੈਰਾ ਵਾਲੇ ਵੀ ਸਾਰੇ ਹਨਾ, ਉਹ ਵੀ ਦੇਖ ਲੈ ਹੁਣ ਦੁਨੀਆ ਹੱਥਾਂ ਦੇ ਹੱਥੀ ਮਾਰਦੀ ਫਿਰਦੀ ਆ। ਭਲੇ ਬੰਦੇ ਦਾ ਕਾਹਦਾ ਜਮਾਨਾ ਗਾ, ਮੇਰੇ ਵਰਗੀ ਅਨਪੜ੍ਹ ਹੋਈ ਚੱਕ ਕੇ ਓਟੀਪੀ ਦੇ ਦੂ, ਸਾਰਾ ਖਾਤਾ ਖਾਲੀ ਕਰ ਦੇਣਗੇ ਬੈਂਕ ਦਾ। ਫਿਰ ਹੁਣ ਚਲਾਕ ਬਣ ਕੇ ਹੀ ਕਰ ਰਹਿਣਾ ਪੈਂਦਾ, ਕੱਬੇ ਸੁਭਾਅ ਬਣਾਉਣੇ ਪੈਂਦੇ ਨੇ ਹਨਾ। ਕੱਬੇ ਹੋ ਜਾਓ ਸਾਰੇ, ਵਧੀਆ ਰਹੋਗੇ, ਕੁਛ ਨੀ ਹੈਗਾ। ਥਿੱਪਲ ਮਾਨ ਸੀ, ਦੇਵੀ ਦੇਵਤੇ ਨਾ ਬਣਨ ਦੀ ਕੋਸ਼ਿਸ਼ ਕਰੋ, ਇੱਥੇ ਛਿੱਤਰ ਹੀ ਪੈਂਦੇ ਨੇ, ਕੋਈ ਨੀ ਪੁੱਛਦਾ ਇੱਥੇ ਕਿਸੇ ਨੂੰ। ਆਹ ਜਿੰਨੇ ਮਰਜ਼ੀ ਬਣ ਜਾਓ ਚੰਗੇ ਇੱਥੇ, ਫਿਰ ਬਾਅਦ ਚ ਬੰਦਾ ਰੋਂਦਾ ਗਾ ਵੀ ਕੀ ਲੈ ਲਿਆ ਇੱਥੇ ਬਣ ਕੇ ਚੰਗੇ। ਰਾਮ ਸਿੰਘ ਸੰਧੂ, ਯੂ ਆਰ ਗ੍ਰੇਟ ਮੈਮ। ਵੀ ਭਾਈ ਇਹੋ ਜਿਹੇ ਕਮੈਂਟ ਚ ਨਾ ਕਰਿਆ ਕਰੂ, ਮੈਂ ਤਾਂ ਹੋਰ ਫੀਲਿੰਗ ਜੀ ਆਉਣ ਲੱਗ ਜਾਂਦੀ ਆ। ਗ੍ਰੇਟ ਗ੍ਰੇਟ ਨੂੰ ਤਾਂ ਕਹਿੰਦਾ ਮੈਂ ਮਹਾਨ ਕੰਮ ਕਰਦੀ ਹਾਂ ਇੱਥੇ। ਆਹ ਠੀਕ ਆ ਚਲੋ, ਹਾਂ ਬਸ ਵਧੀਆ, ਕਿਸੇ ਦਾ ਮਾੜਾ ਨਹੀਂ ਕਰਦੇ ਹਨਾ, ਸਾਡਾ ਬਥੇਰੇ ਕਰ ਜਾਂਦੇ ਨੇ ਲੋਕ। ਗੁਰਚਰਨ ਭੁੱਲਰ ਕਹਿੰਦੇ ਚੰਗਾ ਮੈਡਮ ਆਉਣਾ ਤੁਹਾਡੇ ਵੀ ਮੀਂਹ ਇੰਤਜ਼ਾਰ ਕਰੋ। ਅੱਸਿਆ ਭਾਈ ਚਲੋ ਠੀਕ ਆ, ਕੋਈ ਨੀ ਫਿਰ ਕੱਪੜੇ ਧੋਤੇ ਤੀ ਲਾ ਕੇ ਰੱਖ ਲਾਂਗੇ ਅੰਦਰ ਤਾਰ ਤੋਂ, ਵਧੀਆ ਕੀਤਾ ਦੱਸਤਾ। ਨੋਨਾ ਖਾਨਪੁਰ, ਦੁਨੀਆ ਮਤਲਬ ਦੀ ਕੌਣ ਕਿਸੇ ਦਾ ਬੇਲੀ। ਹੋਰ ਹੋਰ ਇੱਥੇ ਕੋਈ ਨੀ ਕਿਸੇ ਦਾ ਹੈਗਾ, ਉਈ ਐਵੇਂ ਹੀ ਨਾ ਉਈ ਬਗਾਨੀ ਸਾਹਿਬ ਤੇ ਮੁਸਾ ਮਨਾਉਂਦੇ ਫਿਰ ਜਾਇਆ ਕਰੋ, ਕੋਈ ਨੀ ਇੱਥੇ ਕਿਸੇ ਦਾ ਹੈਗਾ, ਸਾਰੇ ਆਪਦੀ ਬਾਜ ਹਿੰਦੀ ਆ। ਠੀਕ ਆ ਹੋਰ ਬੱਦਲ ਜੇ ਤਾਂ ਹੋਏ ਪਏ ਨੇ ਸਾਡੇ ਇੱਥੇ ਖਾਸੇ, ਮੀਂਹ ਦਾ ਪਤਾ ਕੋਈ ਨੀ ਹੈਗਾ। ਸਹੀ ਗੱਲ ਆ, ਕਿਸੇ ਟਾਈਮ ਵੀ ਆ ਸਕਦਾ ਵੈਸੇ, ਬਾਹਰੇ ਹਨੇਰੀ ਜੀ ਹੋਈ, ਹਨੇਰਖਾਨਾ ਜਿਹਾ ਹੋਇਆ ਪਿਆ, ਤਾਂ ਹੀ ਤਾਂ ਇੱਥੇ ਮੈਂ ਵੀ ਐਂ ਲੱਗਦਾ ਜਿਵੇਂ ਹਨੇਰੇ ਜਿਹੇ 'ਚ ਬੈਠੀ ਹੁੰਦੀ ਹਾਂ, ਅੱਜ ਤੁਹਾਨੂੰ ਲੱਗਦੀ ਹੋਊਗੀ। ਗੁਰਚਰਨ ਭੁੱਲਰ ਕਹਿੰਦੇ ਸਾਡੇ ਤਾਂ ਬਾਦਲ ਨੇ ਪਵਾਤਾ ਮੀਂਹ। ਓਕੇ 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 ਚਲੋ ਕੋਈ ਗੱਲ ਨੀ ਜੀ। ਰਕੇਸ਼ ਕੁਮਾਰ ਜੀ ਕਹਿੰਦੇ ਗੁੱਡ। ਮਨਜੀਤ ਮਨਜੀਤ ਵੈਰੀ ਨਾਈਸ ਸਿੰਗਰ ਜੀ, ਧੰਨਵਾਦ ਜੀ, ਧੰਨਵਾਦ ਤੁਹਾਡਾ ਮਨਜੀਤ ਮਨਜੀਤ ਜੀ। ਤੇ ਅਸਲਮ ਸ਼ਰੀਫ ਕਹਿੰਦੇ ਮੈਂ ਕਸੂਰ ਪੰਜਾਬ। ਓਕੇ 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 ਠੀਕ ਹੈ ਜੀ, ਠੀਕ ਹੈ। ਨੋਨਾ ਖਾਨਪੁਰ, ਤੁਸੀਂ ਕਿੱਥੋਂ ਜੀ? ਅਸੀਂ ਨਾਭੇ ਤੋਂ ਜੀ। ਠੀਕ ਹੈ, ਹੋਰ ਸੁਣਾਓ ਕੋਈ ਗੱਲਬਾਤ, ਕਿਵੇਂ ਹੋ ਸਾਰੇ, ਠੀਕ ਹੋ? ਐਮ ਡੀ ਅਸਲਮ ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਵਿਕਰਮ ਸਿੰਘ ਜੀ ਬਹੁਤ ਹੱਸ ਰਹੇ ਨੇ, ਹਾ 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 ਕਰਕੇ। ਠੀਕ ਹੈ ਠੀਕ ਹੈ, ਵਧੀਆ ਗੱਲ, ਹੱਸਣਾ ਚਾਹੀਦਾ ਉੱਚੀ ਉੱਚੀ, ਹੱਸਣ ਖੇਡਣ ਮਨ ਦਾ ਚਾਓ ਕਹਿੰਦੇ ਹੁੰਦੇ ਆ, ਮਨ ਕਾ ਚਾਓ ਗੁਰਬਾਣੀ ਚ ਵੀ ਲਿਖਿਆ ਹੋਇਆ। ਮਨਜੀਤ ਮਨਜੀਤ ਮਾਈ ਫੇਵਰੇਟ ਸਿੰਗਰ ਜੀ, ਧੰਨਵਾਦ ਜੀ, ਧੰਨਵਾਦ ਤੁਹਾਡਾ। ਅਸੀਂ ਤਾਂ ਹਜੇ ਗਾਉਣਾ ਸਿੱਖਦੇ ਹਾਂ, ਸਾਨੂੰ ਕਿੱਥੇ ਗਾਉਣਾ ਗੁਣਾ ਆਉਂਦਾ। ਬਿੱਟੂ ਗੋਰਸੀ, ਪਕੌੜੇ ਬਣਾ ਕੇ ਖਾ ਲਓ ਜੀ, ਕੂਲ ਮੌਸਮ ਹੋ ਗਿਆ ਜੀ। ਬਈ ਭਾਈ ਕਾਹਨੂੰ ਯਾਦ ਕਰਾਉਣਾ ਪਕੌੜੇ, ਇੱਥੇ ਸਾਡੇ ਤਾਂ ਉਹਦੀ ਲਾਲਾ ਲਾਲਾ ਹੋਣ ਲੱਗ ਜਾਂਦੀ ਆ, ਆ ਤੜਕੀ ਲੱਗਿਆ ਪਿਆ ਤੀ ਬਰਾਬਰ। ਇੱਥੇ ਮੀਂਹ ਮਾੜਾ ਮੋਟਾ ਜਿਹਾ ਹਜੇ ਪਤਾ ਨਹੀਂ, ਇਹਨੂੰ ਕਿਤੋਂ ਖੁਸ਼ਬੂ ਆ ਜਾਂਦੀ ਆ ਮੀਂਹ ਦੀ, ਵੀ ਮੀਂਹ ਪੈ ਜਾਣਾ ਤਾਂ ਉਹਦੀ ਲੱਗ ਜਾਂਦਾ। ਸਵੇਰ ਦਾ ਗਾਹ ਪਾ ਰਿਹਾ ਤੀ, ਪਕੌੜੇ ਬਣਾ ਦਿਓ ਪਕੌੜੇ ਬਣਾ ਦਿਓ। ਹੋਰ ਹੁਣ ਫੇਰ ਉਹਨੂੰ ਸੁਣ ਗਈ ਮੇਰੀ ਗੱਲ, ਹਾਲ ਸੁਣ ਗਈ ਉਹਨੂੰ ਮੇਰੀ ਗੱਲ ਹੁਣ ਪਕੌੜੇ ਵਾਲੀ। ਤੇ ਰਿੰਕੂ ਕਲਿਆਣ, ਕੀ ਤੁਸੀਂ ਕੀ ਸੁਣਾ ਤੁਸੀਂ ਕੋਈ ਗੱਲ ਬਾਤ ਮੈਡਮ ਜੀ? ਹਾਂਜੀ ਹਾਂਜੀ ਭਾਈ, ਹੁਣ ਗੱਲਾਂ ਹੀ ਸੁਣਾ ਰਹੀ ਹਾਂ ਇੰਨੀ ਦੇਰ ਦੀ, ਹੋਰ ਕੀ ਕਰ ਰਹੀ ਹਾਂ ਮੈਂ, ਤਾਂ ਸਮਝ ਨਹੀਂ ਆਉਂਦੀ ਇੱਕ ਤਾਂ ਗੱਲ ਦੀ, ਹੋਰ ਹੀ ਗੱਲ ਜੀ ਕਰ ਦਿੰਦੇ ਹੋ ਨਵੇਂ ਜੇ ਜਮਾਨੇ ਦੀ ਤੁਸੀਂ ਸਾਰੇ ਜਾਣੇ। ਵਿਕਰਮ ਸਿੰਘ ਕਹਿੰਦੇ ਨਾਈਸ, ਨਾਲ ਠੇਂਗਾ ਵੀ ਭੇਜ ਰਹੇ ਨੇ ਉਹ। ਨੋਨਾ ਖਾਨਪੁਰ, ਅੱਸਾ ਜੀ ਮੈਂ ਨਾਭੇ ਬਹੁਤ ਵਾਰ ਆਇਆ ਪਰ ਕਦੇ ਚਾਹ ਨੀ ਪਿਲਾਈ ਤੁਸੀਂ। ਲਾਇਆ ਭਾਈ ਹੁਣ ਨਾਭੇ ਤਾਂ ਇੰਨੀ ਦੁਨੀਆ ਆਉਂਦੀ ਆ, ਹੁਣ ਮੈਂ ਉੱਥੇ ਚਾਹ ਲੈ ਕੇ ਕਿੱਥੇ ਖੜੀ ਰਹਾਂ, ਜਾ ਕੇ ਵੋੜਾਂ ਗੇਟ ਹੈ, ਦੱਸ ਹੱਦ ਹੋ ਗਈ ਤੇਰੇ ਵਾਲੀ ਭਾਈ। ਐਂ ਕੀ ਪਤਾ ਲੱਗਦਾ ਹੁਣ ਤਾਂ ਦੁਨੀਆ ਲੰਘਦੀ ਆ ਨਾਭੇ ਚੋਂ, ਮੇਨ ਨਾਭਾ ਪੈਂਦਾ ਸਾਰੇ ਪਾਸਿਆਂ ਨੂੰ। ਹਣੀ, ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਜੀ, ਧੰਨਵਾਦ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਹਣੀ ਜੀ ਤੁਸੀਂ ਇੰਨੀ ਅਸੀਸਾਂ ਦਿੰਦੇ ਹੋ ਜਿਹੜੇ। ਸ਼ੇਰ ਵਿਰਕ, ਹਾਂਜੀ ਕਿਵੇਂ ਜਿੱਤੋ ਜੀ? ਅੱਜ ਗੱਲ ਨੀ ਬਣੀ ਭਾਈ, ਗੱਲ ਹੁਣ ਬਣੀ ਨੀ, ਹੁਣ ਤੁਹਾਡੀ ਕਿੱਥੋਂ ਮੈਂ ਗੱਲ ਬਣਾ ਦਾ, ਮੈਨੂੰ ਤਾਂ ਇਹ ਨੀ ਸਮਝ ਆਉਂਦੀ ਜੈ ਵੱਡੇ ਦੀ। ਹੁਣ ਗੱਲ ਕਰਨ ਨੂੰ ਬੈਠੀ ਆ ਤੁਹਾਡੇ ਨਾਲ, ਮੈਂ ਗੱਲਾਂ ਬਣਾਉਣ ਨੂੰ ਥੋੜੀ ਬੈਠੀ ਆ। ਜਿਨ੍ਹਾਂ ਦੀਆਂ ਗੱਲਾਂ ਬਣ ਜਾਂਦੀਆਂ ਨੇ ਉਹਨਾਂ ਦੀਆਂ ਫਿਰ ਦੇਖ ਲਓ ਕਿਵੇਂ ਗੱਲਾਂ ਉੱਡਦੀਆਂ ਨੇਗੀਆਂ। ਜੈ ਵੱਡੇ, ਗੱਲਾਂ ਬਣਾਉਣੀਆਂ ਨੇ ਤੁਸੀਂ ਇੱਥੇ, ਪਤਾ ਨਹੀਂ ਕੀ ਆ ਕਿਹੜਾ ਤੀਗਾ। ਮਣੀ ਜੀ ਬੱਸੋ, ਸਤਿ ਸ੍ਰੀ ਅਕਾਲ ਦੀਦੀ, ਠੀਕ ਹੋ ਦੀਦੀ? ਹਾਂਜੀ ਹਾਂਜੀ ਵੀਰੇ, ਜਮਾਂ ਠੀਕ ਹਾਂ, ਜਮਾਂ ਠੀਕ ਹਾਂ ਵੀਰੇ।
ਆ ਕੀ ਕਹੀ ਜਾਂਦੇ ਨੇ ਤੁਸੀਂ ਲਾਇਬ੍ਰੇਰੀ ਹੋ ਕੇ ਬਹੁਤ ਸਾਰੇ ਖੁਸ਼ ਕਰਤੇ ਲਾਇਬ੍ਰੇਰੀ ਹੋ ਕੇ ਕਿ ਲੈਬ ਹੋ ਕੇ ਲੈਬ ਹੋ ਗਈਆਂ ਵੀ ਭਾਈ ਲਾਇਬ੍ਰੇਰੀ ਕਿਹੜੀ ਮੈਂ ਕਿਤਾਬਾਂ ਦੀ ਦੁਕਾਨ ਬਣ ਗਈ ਉਮਾਂ ਤਾਂ ਸਮਝ ਨਹੀਂ ਆਉਂਦੀ ਤੁਹਾਡੇ ਅੱਧੇ ਤਾਂ ਤੁਸੀਂ ਕਮੈਂਟ ਕੀ ਕਰ ਜਾਂਦੇ ਹੋ ਮਾੜਾ ਜਿਹਾ ਪੜ੍ਹ ਲਿਆ ਕਰੋ ਪਹਿਲਾਂ ਮੈਨੂੰ ਵੀ ਗਲੀ ਗੇੜ 'ਚ ਪਾ ਦਿੰਦੇ ਹੋ ਹੈ ਆ ਹੋਰ ਦੱਸੋ ਉੱਥੇ ਕੀ ਆ ਬਿੱਟੂ ਗੌਰ ਸਿੰਘ ਮੈਡਮ ਪਕੌੜੇ ਬਣਾ ਲਓ ਕੀ ਕਹਿੰਦੇ ਨੇ ਇਹ ਜੀ ਹਮਨੇ ਬਣਾਏ ਜੀ ਆਇਆ ਹਰਿਆਣਵੀ ਓਕੇ 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 ਖਾਓ ਖਾਓ ਤੁਸੀਂ ਬਹੁਤ ਪਿਆਸ ਲੱਗਦੀ ਆ ਪਕੌੜੇ ਖਾ ਕੇ ਇੰਨੇ ਵੀ ਨਹੀਂ ਖਾਣੇ ਚਾਹੀਦੇ ਹੋਰ ਹੀ ਕੁਛ ਹੋ ਗਿਆ ਤੁਹਾਡੇ ਕਮੈਂਟਾਂ ਦਾ ਤਾਂ ਨੋਨਾ ਖਾਨਪੁਰ ਕਹਿੰਦੇ ਬਹੁਤ ਗੁੱਡ ਹੋ ਤੁਸੀਂ ਅੱਸੇ ਆ ਭਾਈ ਪਤਾ ਨਹੀਂ ਮੈਨੂੰ ਤਾਂ ਕੋਈ ਕਹਿੰਦਾ ਹੀ ਨਹੀਂ ਵਧੀਆ ਤੁਹਾਨੂੰ ਲੱਗਿਆ ਚਲੋ ਕੋਈ ਗੱਲ ਨਹੀਂ ਧੰਨਵਾਦ ਤੁਹਾਡਾ ਬਹੁਤ ਬਹੁਤ ਗੁਰਤੇਜ ਸਿੰਘ ਭਾਨੜਾ ਵੈਰੀ ਨਾਈਸ ਜੀ ਅੱਸੇ ਆ ਜੀ ਧੰਨਵਾਦ ਤੁਹਾਡਾ ਵੀ ਫਿਰ ਬਹੁਤ ਬਹੁਤ ਜੇ ਤੁਹਾਨੂੰ ਨਾਈਸ ਲੱਗਿਆ ਗੁਲਾਮ ਮੁਹੰਮਦ ਵੀ ਨਾਈਸ ਕਹਿ ਰਹੇ ਨੇ ਧੰਨਵਾਦ ਜੀ ਤੁਹਾਡਾ ਵੀ ਗੁਲਾਮ ਮੁਹੰਮਦ ਜੀ ਹੋਰ ਸੁਣਾਓ ਭਾਈ ਕੋਈ ਗੱਲਬਾਤ ਕਿਵੇਂ ਹੋ ਠੀਕ ਹੋ ਸਾਰੇ ਗੁਰਚਰਨ ਭੁੱਲਰ ਕਹਿੰਦੇ ਮੈਡਮ ਪ੍ਰਭ ਕੀ ਕਰਦਾ ਪ੍ਰਭ ਤਾਂ ਟਿਊਸ਼ਨ ਤੋਂ ਆਇਆ ਭਾਈ ਬੈਠਾ ਹੋਗਾ ਹੁਣ ਫੋਨ ਚਲਾਉਂਦਾ ਆਪਦਾ ਉਹ ਬੈਠਾ ਹੋਰ ਉਹਨੇ ਕੀ ਕਰਨਾ ਹੈਗਾ ਸਵੇਰੇ ਅੱਜ ਤਾਂ ਚੱਲ ਛੁੱਟੀ ਸੀਗੀ ਸਰਕਾਰੀ ਵੈਸੇ ਇਹਨਾਂ ਨੂੰ ਕਰਤੀ ਸੀਗੀ ਅਤੇ ਬਾਕੀ ਸਕੂਲੋਂ ਆ ਕੇ ਟਿਊਸ਼ਨ ਵਗ ਜਾਂਦਾ ਹੁੰਦਾ ਵਿਚਾਰਾ ਇਹਨੇ ਹੋਰ ਕੀ ਕਰਨਾ ਜਵਾਕਾਂ ਦਾ ਕੀ ਕੰਮ ਹੁੰਦਾ ਪੜ੍ਹਨ ਨੂੰ ਥੋੜ੍ਹਾ ਬਹੁਤਾ ਟਾਈਮ ਜਿਹੜਾ ਬਚਦਾ ਫਿਰ ਟੀਵੀ ਟੂਵੀ ਦੇਖ ਲੈਂਦਾ ਖੇਡ ਲੈਂਦਾ ਸ਼ਿਵਰਾਜ ਸਿੰਘ ਜੀ ਕਹਿੰਦੇ ਕੀ ਹਾਲ ਹੈ ਜੀ ਹਾਂਜੀ ਹਾਂਜੀ ਜਮਾਂ ਵਧੀਆ ਸ਼ਿਵਰਾਜ ਸਿੰਘ ਜੀ ਤੁਸੀਂ ਸੁਣਾਓ ਕਿਵੇਂ ਹੋ ਠੀਕ ਹੋ ਰਾਜਵੀਰ ਸਿੰਘ ਲਿਬੜਾ ਕਹਿੰਦੇ ਜੀਤੋ ਤਖਲਸ ਕਿੱਥੋਂ ਰੱਖਿਆ ਜੀ ਭਾਈ ਮੇਰਾ ਨਾਂ ਰਣਜੀਤ ਆ ਰਾਜਵੀਰ ਸਿੰਘ ਜੀ ਹੋਰ ਹੁਣ ਰਣਜੀਤ ਮੇਰਾ ਨਾਂ ਸੀ ਘਰੇ ਮੈਨੂੰ ਸਾਰੇ ਜੀਤ ਜੀਤ ਕਹਿੰਦੇ ਟੀ ਮੇਰਾ ਜਦੋਂ ਮੈਂ ਆਹ ਵੀਡੀਓ ਬਣਾਏ ਨੇ ਫਿਰ ਜੀਤੋ ਉਹ ਫਿਰ ਮੇਰਾ ਨਾਂ ਹੀ ਠੀਕ ਲੱਗਦਾ ਤੀ ਉਹਦੇ ਤੇ ਜੀਤੋ ਹਨਾ ਉਹ ਜਿੱਦਾਂ ਦਾ ਕਰੈਕਟਰ ਹੈ ਫਿਰ ਉਹਦੇ ਨਾਮ ਤੇ ਉਹ ਸੂਟ ਕਰਦਾ ਮੇਰੇ ਤੇ ਹੁਣ ਜਮੀ ਫਿਰ ਹੁਣ ਅਜਿਹੇ ਜਿਹਾ ਬੰਦਾ ਹੁੰਦਾ ਉਹਨੇ ਉਹੋ ਜਿਹਾ ਹੀ ਨਾਂ ਰੱਖਣਾ ਹੁੰਦਾ ਭਾਈ ਠੀਕ ਹੈ ਨਾ ਹੋਰ ਬਸ ਫਿਰ ਉਹ ਜੀਤੋ ਰੱਖ ਲਿਆ ਹੁਣ ਤੁਹਾਨੂੰ ਪਸੰਦ ਆਇਆ ਸਾਰਿਆਂ ਨੂੰ ਜੀਤੋ ਨਾਂ ਮੇਰਾ ਤੁਸੀਂ ਸਾਰੇ ਮੇਰੇ ਵੀਡੀਓ ਦੇਖਦੇ ਹੋ ਭਾਈ ਚਲੋ ਬਸ ਫਿਰ ਹੁਣ ਮੈਂ ਜੀਤੋ ਪੱਕਾ ਰੱਖਤਾ ਨਾਂ ਹਨਾ ਬਲਵਿੰਦਰ ਸੋਹਲ ਕਹਿੰਦੇ ਤੁਸੀਂ ਬਹੁਤ ਹਸਮੁੱਖ ਹੋ ਜੀ ਹੋਰ ਹੋਰ ਭਾਈ ਹੁਣ ਟਾਈਮ ਤਾਂ ਲੰਘੀ ਜਾਣਾ ਜ਼ਿੰਦਗੀ ਦਾ ਚਾਹੇ ਰੋ ਕੇ ਕੱਢ ਲਓ ਚਾਹੇ ਹੱਸ ਕੇ ਕੱਢ ਲਓ ਫਿਰ ਇੱਦੂ ਵਧੀਆ ਆਪਾਂ ਹੱਸ ਕੇ ਕਿਉਂ ਨਾ ਕੱਢ ਲਈਏ ਲੰਘ ਤਾਂ ਇਹ ਜਾਣੀ ਹੋਈ ਆ ਜ਼ਿੰਦਗੀ ਇੱਥੇ 4 ਦਿਨ ਦਾ ਮੇਲਾ ਇੱਥੇ ਕਿੰਨੇ ਇੱਥੇ ਬੈਠੇ ਰਹਿਣਾ ਪਾ ਪਾ ਕੇ ਮਹਿਲ ਹਾਏ ਕਿਹੜਾ ਕਾਲ ਅਸੀਂ ਪਾਵੇ ਨਾਲ ਬੰਨੀ ਬੈਠੇ ਹਾਂ ਜਿਹੜਾ ਅਸੀਂ ਮਰਨਾ ਨਹੀਂ ਉਹ ਤਾਂ ਕਾਲ ਪਾਵੇ ਨਾਲ ਬੰਨਣ ਵਾਲੇ ਵੀ ਨਹੀਂ ਬਚੇ ਇੱਥੇ ਰਾਵਣ ਵਰਗੇ ਜੇ ਆਪਾਂ ਗੱਲ ਨੂੰ ਸਮਝੀਏ ਆਪਾਂ ਤਾਂ ਕਿਹੜੇ ਬਾਗ ਦੀ ਮੂਲੀ ਆ ਇੱਥੇ ਵਾਧੂ ਦੇ ਵਹਿਮ ਪਾਲੀ ਬੈਠੇ ਹਾਂ ਇੱਥੇ 4 ਦਿਨਾਂ ਦਾ ਮੇਲਾ ਇਹਨੂੰ ਹੱਸ ਖੇਡ ਕੇ ਹੀ ਲੰਘਾਉਣ ਚ ਫਾਇਦਾ ਗਾ ਠੀਕ ਆ ਕੁਛ ਨੀ ਲੈ ਕੇ ਜਾਣਾ ਇੱਥੇ ਕੁਛ ਨੀ ਇੱਥੇ ਆਪਾਂ ਲੈ ਕੇ ਆਏ ਸੀਗੇ ਲੰਘੀ ਤਾਂ ਇਹ ਜਾਣੀ ਹੋ ਜਾਣੀ ਆ ਇਹ ਪ੍ਰਭ ਦੇ ਡੈਡੀ ਕਹਿੰਦੇ ਹੁੰਦੇ ਸੀ ਮੈਨੂੰ ਕਹਿੰਦੇ ਲੰਘੀ ਤਾਂ ਜਾਣੀ ਆ ਚਾਹੇ ਰੋ ਕੇ ਕੱਢ ਲਓ ਚਾਹੇ ਹੱਸ ਕੇ ਕੱਢ ਲਓ ਵੀ ਇਸ ਤੋਂ ਵਧੀਆ ਹੱਸ ਕੇ ਕੱਢੋ ਫਿਰ ਉਹ ਉਹਨਾਂ ਦੀ ਗੱਲ ਨੂੰ ਮੈਂ ਐਂ ਮੰਨ ਕੇ ਚੱਲਦੀ ਹਾਂ ਲੜਨ ਨਾਲ ਬੰਨੀ ਹੋਈ ਆ ਠੀਕ ਆ ਰੋ ਕੇ ਵੀ ਦੇਖਿਆ ਭਾਈ ਰੋ ਕੇ ਵੀ ਕਿਹੜੀ ਇੱਥੇ ਇਹ ਐਂ ਹੁੰਦਾ ਵੀ ਕੋਈ ਪੁੱਛਦਾ ਗਾ ਰੋ ਕੇ ਕੋਈ ਨਹੀਂ ਪੁੱਛਦਾ ਇੱਥੇ ਫਿਰ ਵੀ ਆਪਦਾ ਮਨ ਆਪੇ ਸਮਝਾਉਣਾ ਪੈਂਦਾ ਰੋ ਲਓ ਜਿੰਨਾ ਮਰਜ਼ੀ ਇੱਕ ਦਿਨ ਫਿਰ ਹੱਸ ਢਿੱਠਾ ਵਾਂਗੂ ਆਪੇ ਉੱਠ ਕੇ ਸਾਰਾ ਕੁਛ ਕਰਨਾ ਪੈਂਦਾ ਫਿਰ ਇਸ ਲਈ ਖੁਸ਼ ਰਹਿਣ ਦੀ ਕੋਸ਼ਿਸ਼ ਕਰੋ ਜਿੰਨੇ ਰਿਹਾ ਜਾਂਦਾ ਠੀਕ ਆ ਹੋਰ ਹਸਮੁੱਖ ਤਾਂ ਜਿਹੜੇ ਦਿਖਦੇ ਹੁੰਦੇ ਨੇ ਕਈ ਵਾਰੀ ਐਂ ਹੁੰਦਾ ਨਹੀਂ ਵੀ ਉਹ ਹਸਮੁੱਖ ਹੀ ਹੁੰਦੇ ਨੇ ਬਾਕੀ ਕੋਸ਼ਿਸ਼ ਕਰਦੀ ਹੁੰਦੀ ਹਾਂ ਮੈਂ ਹੱਸ ਕੇ ਰਹਿਣ ਦੀ ਮੈਂ ਬਾਹਲੀ ਇਮੋਸ਼ਨਲ ਹੋ ਜਾਂਦੀ ਹਾਂ ਸੇਤੀ ਹੋਈ ਫਿਰ ਮੈਨੂੰ ਤੁਸੀਂ ਜਦ ਸੇੜ ਲੈਂਦੇ ਹੋ ਫਿਰ ਮੈਂ ਮੇਰੀ ਅੰਦਰਲੀਆਂ ਫੀਲਿੰਗਾਂ ਫਿਰ ਬਾਹਰ ਆ ਜਾਂਦੀਆਂ ਨੇ ਇਸ ਲਈ ਲੰਬੀ ਗੱਲ ਹੋ ਜਾਂਦੀ ਹੈ ਮੇਰੇ ਤੋਂ ਫਿਰ ਚੀਮਾ ਮਲਕਪੁਰੀ ਨਾਈਸ ਗੁਲਾਮ ਮੁਹੰਮਦ ਵਟ ਸੇ ਨੋਨਾ ਖਾਨਪੁਰ ਮੈਡਮ ਜੀ ਤੁਹਾਨੂੰ ਇੱਕ ਗੀਤ ਦੇਣਾ ਜੇ ਤੁਸੀਂ ਗਾ ਸਕਦੇ ਹੋ ਭਾਈ ਗੀਤ ਦੀ ਗਾਈਦ ਨੇ ਹੁਣ ਹੋਰ ਕਰਦੇ ਕੀ ਆ ਗਾ ਸਕਦੇ ਹੋ ਉਹਦਾ ਕੀ ਮਤਲਬ ਹੋ ਗਿਆ ਗੀਤ ਹੀ ਹੋਊਗਾ ਉਹ ਤੁਸੀਂ ਹੁਣ ਕਿਹੜਾ ਇੱਥੇ ਮੇਰੇ ਤੋਂ ਕਵਾਲੀ ਗਵਾਉਣੀ ਆ ਜਸਵੀਰ ਰਾਜ ਲੜੀ
ਬਹੁਤ ਚੰਗੀਆਂ ਗੱਲਾਂ ਜੀ, ਧੰਨਵਾਦ ਜੀ, ਧੰਨਵਾਦ। ਨਾਲੇ ਗੀਤਾਂ ਗੁੱਤਾਂ ਦੀ ਗੱਲ ਅੱਧੀ ਕੇ ਜੀਤ ਨਾਲ ਕਰਿਆ ਕਰੋ। ਆਹ ਮੈਂ ਤਾਂ ਜੀਤੋ ਬੈਠੀ ਹਾਂ ਤੇ ਤੁਹਾਡੇ ਨਾਲ ਗੱਪਾਂ ਵੱਢਣ ਨੂੰ। ਹੋਰ ਹੁਣ ਜਦੋਂ ਕੇ ਜੀਤ ਲੈਬ ਹੁੰਦੀ ਆ ਜਾਂ ਉਹਨੂੰ ਮੈਸੇਜ ਮੂਸੇਜ ਕਰ ਲਿਓ ਆਪਦਾ, ਤੁਹਾਡਾ ਤੇਰਾ ਸੁਨੇਹਾ ਦੇ ਦੂੰਗੀ ਮੈਂ ਕੋਈ ਨਾ। ਅਸਲਮ ਸ਼ਰੀਫ ਜੀਤੋ ਬਿਊਟੀਫੁੱਲ, ਧੰਨਵਾਦ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਜਸਵੀਰ ਰਾਜ ਲੇਡੀ, ਇੱਕਦਮ ਇਮੋਸ਼ਨਲ ਗੱਲਾਂ ਤੋਂ ਹੱਸਣ ਲੱਗ ਗਏ ਜੀ। ਮੈਂ ਤਾਂ ਆਈ ਆ ਭਾਈ, ਹੋਰ ਮੈਂ ਤਾਂ ਆਈ ਹੋ ਗਈ ਹੋਈ ਆ, ਹੁਣ ਕੀ ਕਰੀਏ, ਆਈ ਹੋ ਜਾਂਦੇ ਆ ਬਸ। ਮਿੰਟਾ ਸੰਧੂ, ਜੀਤੋ ਜਿੰਦਾਬਾਦ। ਭਾਈ ਮੈਂ ਕਿਹੜੀਆਂ ਵੋਟਾਂ ਚ ਖੜੀ ਆ, ਜੀਤੋ ਜਿੰਦਾਬਾਦ ਹੈ ਤੇ ਜਿਹੜੇ ਵੋਟਾਂ ਵੋਟਾਂ ਚ ਖੜਦੇ ਹੁੰਦੇ ਨੇ ਮੰਤਰੀ ਮੁੰਤਰੀ, ਉਹਨਾਂ ਨੂੰ ਆਪਾਂ ਕਹਿ ਦਿੰਦੇ ਜਿੰਦਾਬਾਦ ਜਿੰਦਾਬਾਦ। ਮੈਂ ਤਾਂ ਘਰੇ ਬੈਠੀ ਆ, ਹਾਏ ਜਿੰਦਾਬਾਦ ਕਾਹਤੇ ਕਹਿੰਦੇ ਹੋ ਮੈਨੂੰ, ਮੈਨੂੰ ਪਜਲ ਜਾਣਾ ਕਰਿਆ ਕਰੋ, ਫਿਰ ਮੈਂ ਉਲਝ ਜਾਂਦੀ ਹਾਂ ਆ ਇਹੋ ਜਿਹੇ ਕਮੈਂਟ ਜੇ ਪੜ੍ਹ ਕੇ, ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹਦਾ ਮਤਲਬ ਕੀ ਹੁੰਦਾ ਜੈ ਖਾਣੇ ਦਾ। ਹੋਰ ਹੁਣ ਬਿੱਟੂ ਗੋਰਸੀ ਕਹਿੰਦੇ ਮੈਡਮ ਸਿੰਗਿੰਗ ਤੋਂ ਚੰਗੀ ਐਕਟਿੰਗ ਵਧੀਆ ਕਰਦੇ ਪਏ ਹੋ। ਅਸੀਂ ਆ ਭਾਈ, ਚੱਲ ਕੋਈ ਗੱਲ ਨਹੀਂ, ਤੁਸੀਂ ਦੋਨੇ ਚੀਜ਼ਾਂ ਦੇਖ ਲਿਆ ਕਰੋ ਵਧੀਆ, ਹੁਣ ਤੁਹਾਨੂੰ ਨਾਲ ਨਾਲ ਐਕਟਿੰਗ ਵੀ ਦੇਖਣ ਨੂੰ ਮਿਲਦੀ ਆ, ਪਹਿਲਾਂ ਪਹਿਲਾਂ ਗਾਉਣਾ ਹੀ ਦੇਖਣ ਨੂੰ ਮਿਲਦਾ ਹੁੰਦਾ ਸੀਗਾ, ਹੈਨਾ, ਹੁਣ ਤੁਹਾਡਾ ਡਬਲ ਡਬਲ ਮਨੋਰੰਜਨ ਕਰਦੀ ਆ ਮੈਂ ਦੇਖਣ। ਸ਼ੇਅਰ ਸ਼ੁਅਰ ਕਰ ਦਿਆ ਕਰੋ ਮੇਰੇ ਵੀਡੀਓ ਚੰਗੀ ਤਰ੍ਹਾਂ, ਆ ਲੈਬ ਨੂੰ ਵੀ ਸ਼ੇਅਰ ਕਰ ਦਿਓ। ਨੋਨਾ ਖਾਨਪੁਰ ਕਹਿੰਦਾ ਕਿੰਨਾ ਦੀ ਜਿੱਤੋ ਆ ਭਾਈ ਤੂੰ, ਭਾਈ ਕਿੰਨਾ ਦੀ ਜਿੱਤੋ ਹੁੰਦੀ ਆ, ਤੂੰ ਕਿੰਨਾ ਦਾ ਨੋਨਾ ਖਾਨਪੁਰ ਹੈ ਤੂੰ ਦੱਸ ਪਹਿਲਾਂ ਤਾਂ ਮੈਨੂੰ, ਹੈ ਹਾਂ ਫਿਰ ਮੈਂ ਵੀ ਦੱਸ ਦੂੰ ਮੈਂ ਕਿੰਨਾ ਦੀ ਜਿੱਤੋ ਆ। ਹੱਦ ਹੋ ਗਈ ਭਾਈ, ਹਾਂ ਹੁਣ ਸਾਰੇ ਆਪਣੇ ਆਪਣੇ ਘਰਾਂ ਵਾਲੇ, ਆਪਾਂ ਸਭ ਤੇ ਆਪਣੇ ਆਪਣੇ ਨਾਂ ਨੇਗੇ, ਲੈ ਦੱਸ ਲੈ ਕਹਿੰਦਾ ਕਿੰਨਾ ਦੀ ਜਿੱਤੋ ਆ। ਹੁਣ ਜਿੱਤੋ ਲੰਬੜਾਂ ਦੀ ਥੋੜੀ ਆ ਮੈਂ ਗਾਹਾਂ ਦੀ, ਉਹ ਗਾਣੇ ਵਾਲੀ ਗੱਲ ਤਾਂ ਨੀ, ਕਿਤੇ ਫੀਲਿੰਗ ਲੈ ਗਿਆ ਭਾਈ ਤੂੰ। ਕੁਲਵਿੰਦਰ ਸਿੰਘ ਸਤਿ ਸ੍ਰੀ ਅਕਾਲ ਜੀ, ਹਾਂਜੀ ਹਾਂਜੀ ਸਤਿ ਸ੍ਰੀ ਅਕਾਲ। ਆਹ ਕੀ ਕਹਿੰਦੇ ਨੇ ਰਜਿੰਦਰ ਔਜਲਾ ਜੀ, ਜੀਤੋ ਲੜਾਕੀ ਵੀ ਕਿਹਾ ਲੈ। ਹੋਰ ਹੁਣ ਭਾਈ ਫਿਰ ਜਿੱਥੇ ਲੜਾਈ ਵਾਲੀ ਗੱਲ ਹੁੰਦੀ ਆ ਉੱਥੇ ਲੜਨਾ ਵੀ ਪੈਂਦਾ, ਐਂ ਤਾਂ ਦੁਨੀਆ ਉਹੀ ਖਾ ਜੂਗੀ, ਇੱਥੇ ਸਾਊ ਬਣ ਗਏ ਜੇ ਹੋਰ ਕੀ, ਬੰਦਾ ਤਾਂ ਬੰਦੇ ਨੂੰ ਮਿੰਟ ਚ ਇੱਥੇ ਚੱਬ ਜੇ, ਕਹਿੰਦੇ ਹੁੰਦੇ ਨੇ ਜਿਵੇਂ ਸਿਆਣੇ ਜਿਨ੍ਹਾਂ ਤਾਰਾਂ ਚ ਕਰੰਟ ਨਹੀਂ ਹੁੰਦਾ ਉਹਨਾਂ ਨੂੰ ਤਾਂ ਲੋਕੀ ਮੂੰਹ ਨਾਲ ਸਿੱਲ ਦਿੰਦੇ ਨੇ। ਉਹ ਇੱਕ ਹੋਰ ਕਹਿੰਦੇ ਹੁੰਦੇ ਨੇ, ਕਹਿੰਦੇ ਜੇ ਕਾਨੂੰਨ ਨਾ ਆਉਂਦੀ ਚੀਜ਼ ਨਾ ਹੋਵੇ ਬੰਦਾ ਬੰਦੇ ਨੂੰ ਖਾ ਜੇ ਮਿੰਟੋ ਮਿੰਟ ਹੀ, ਹੈ ਕੁਛ ਸਮਝ ਹੀ ਨਾ ਹੀ ਕੁਚਲ ਜੇ ਜਾਂਦਾ ਜਾਂਦਾ ਹੀ। ਇਸ ਲਈ ਭਾਈ ਲੜਾਕੇ ਵੀ ਹੋਣਾ ਜ਼ਰੂਰੀ ਆ, ਸਭ ਕੁਛ ਦੇਖੋ ਲੜਾਕਿਆਂ ਨਾਲ ਲੜਾਕੇ ਆ, ਐਂ ਨਹੀਂ ਹੈਗਾ ਪਹਿਲਾਂ ਕਿ ਅਸੀਂ ਵਿੱਚ ਥੋੜੀ ਇੱਥੇ ਲੋਕਾਂ ਦੇ ਟੱਕਰਾਂ ਮਾਰਦੇ ਫਿਰਦੇ ਆ, ਉਹ ਗੱਲ ਨਹੀਂ ਹੈਗੀ, ਬਹੁਤ ਸ਼ਾਂਤ ਸੁਭਾਅ ਦੇ ਆ। ਹਾਂ ਜੇ ਕੋਈ ਸੇੜਦਾ ਫਿਰ ਰੋਕਣ ਵੀ ਬੋਲਣਾ ਆਉਂਦਾ, ਫਿਰ ਤਾਂ ਹੁਣ ਅਸੀਂ ਗੁਰੂ ਗੋਬਿੰਦ ਸਿੰਘ ਦੇ ਬੱਚੇ ਆ, ਉਹਨਾਂ ਨੇ ਕਿਹਾ ਹੋਇਆ ਨਾ ਵੀ ਜਦੋਂ ਸਾਰੇ ਹੀਲਿਆਂ ਤੋਂ ਕਹਿੰਦੇ ਹੁੰਦੇ ਨੇ ਗੇ ਗੱਲ ਟੱਪ ਜੇ ਤਾਂ ਫਿਰ ਹਥਿਆਰ ਚੱਕ ਲੈਣੇ ਜ਼ਰੂਰੀ ਹੁੰਦੇ ਨੇ, ਤੇ ਉਹਦੇ ਵਿੱਚ ਕੋਈ ਗੁਨਾਹ ਨਹੀਂ ਹੁੰਦਾ। ਠੀਕ ਆ, ਲੜਾਕੇ ਆ ਲੜਾਕੇ ਆ, ਪਿਆਰ ਕਰਦਾ ਜਿਹੜਾ ਉਹਨੂੰ 10 ਗੁਣਾ ਪਿਆਰ ਵੀ ਕਰਦੇ ਆ, ਇੱਦਾਂ ਦੀ ਕੋਈ ਗੱਲ ਨਹੀਂ। ਤੇ ਕੁਲਵਿੰਦਰ ਸਿੰਘ ਸਤਿ ਸ੍ਰੀ ਅਕਾਲ ਜੀ, ਹਾਂਜੀ ਸਤਿ ਸ੍ਰੀ ਅਕਾਲ ਜੀ। ਬਿੱਟੂ ਗੋਰਸੀ ਕਹਿੰਦੇ ਆਲ ਵੀਡੀਓ ਸ਼ੇਅਰ ਕਰਦੇ ਹਾਂ ਜੀ, ਅੱਛੇ ਸੋਚ ਵਾਲੇ ਨੂੰ ਆਪ ਹੱਸਣਾ ਵੀ ਤੇ ਹਸਾਉਣਾ ਵੀ ਚੰਗਾ ਹੁੰਦਾ, ਬਟ ਇਹ ਕੋਈ ਕੋਈ ਹੁੰਦਾ ਜੀ। ਬਿਲਕੁਲ ਬਿਲਕੁਲ ਬਿਲਕੁਲ, ਕਿਸੇ ਨੂੰ ਹਸਾਉਣਾ ਸਭ ਤੋਂ ਔਖਾ ਕੰਮ ਹੈ, ਉਹ ਵੀ ਅੱਜ ਦੇ ਟਾਈਮ ਦੇ ਵਿੱਚ, ਹਨਾ। ਇਸ ਲਈ ਕੋਸ਼ਿਸ਼ ਕਰੀਏ ਕਿ ਆਪ ਵੀ ਹੱਸੀਏ ਤੇ ਤੁਸੀਂ ਵੀ ਸਾਰੇ ਹੱਸੋ, ਤੇ ਮੈਂ ਤੁਹਾਡਾ ਜ਼ਿਆਦਾ ਤੋਂ ਜ਼ਿਆਦਾ ਜਿਸ ਤਰ੍ਹਾਂ ਵੀ ਕਰ ਸਕਦੀ ਹਾਂ ਐਂਟਰਟੇਨਮੈਂਟ ਕਰਨ ਦੀ ਕੋਸ਼ਿਸ਼ ਕਰਦੀ ਹੁੰਦੀ ਹਾਂ ਵਧੀਆ ਤਰੀਕੇ ਦੇ ਨਾਲ, ਇੱਕ ਸਾਫ਼ ਸੁਥਰੀ ਕਾਮੇਡੀ ਦੇ ਵਿੱਚ ਵੀ, ਹਨਾ, ਗੱਲ ਕਰਕੇ। ਨੋਨਾ ਜੀ ਪਤਾ ਨੀ ਕੀ ਕਹਿੰਦੇ, ਸਾਰੇ ਗੁਣ ਨੇ ਜੀਤੋ ਚ, ਧੰਨਵਾਦ ਜੀ ਧੰਨਵਾਦ। ਜਸਵੀਰ ਰਾਜ ਲੇਹੜੀ ਕਹਿੰਦੇ ਆਲ ਰਾਊਂਡਰ ਹੋ ਜੀ ਫਿਰ, ਬਸ ਕੋਈ ਮਾੜੀ ਮੋਟੀ ਕੋਸ਼ਿਸ਼ ਕਰਦੇ ਰਹਿੰਦੇ ਹਾਂ, ਪਤਾ ਨੀ ਹੁਣ, ਪਤਾ ਨੀ ਹੁਣ ਰੱਬ ਨੇ ਕਿਹੋ ਜਿਹੇ ਬਣਾ ਕੇ ਭੇਜਿਵੇਂ ਆ ਉਹਨੂੰ ਹੀ ਪਤਾ। ਭੁਪਿੰਦਰ ਸਿੰਘ ਹੈਲੋ, ਹੈਲੋ ਜੀ, ਹੈਲੋ ਭੁਪਿੰਦਰ ਸਿੰਘ ਜੀ, ਥੈਂਕ ਯੂ ਤੁਹਾਡਾ ਸਾਰਿਆਂ ਦਾ ਜੋ ਤੁਸੀਂ ਮੈਨੂੰ ਜੁਆਇਨ ਕਰ ਰਹੇ ਹੋ, ਬਿਨਾਂ ਦੱਸੇ ਮੈਂ ਲਾਈਵ ਹੋਈ ਹਾਂ, ਪਰ ਫਿਰ ਵੀ ਤੁਸੀਂ ਮੈਨੂੰ ਸਾਰਿਆਂ ਨੇ ਜੁਆਇਨ ਕੀਤਾ ਬਹੁਤ, ਤੇ ਮੈਂ ਤੁਹਾਡੀ ਸਭ ਦੀ ਤਹਿ ਦਿਲ ਤੋਂ ਧੰਨਵਾਦੀ ਹਾਂ। ਹੋਰ ਸੁਣਾਓ ਭਾਈ ਤੁਸੀਂ ਸਾਰੇ ਕਿਵੇਂ ਠੀਕ ਹੋ, ਲੱਗਦਾ ਮੈਨੂੰ ਆ ਜਾਣਾ ਮੀਂਹ ਤਾਂ ਸਾਡੇ ਵੀ ਜਿਹੜੇ ਹਿਸਾਬ ਦੇ ਬੁੱਦਲ ਬੁੱਦਲ ਜਿਹੇ ਹੋਏ ਪਏ ਨੇ ਮੈਨੂੰ ਲੱਗ ਰਿਹਾ।
गुरु प्रकाश सिंह कहिंदे वेरी नाइस, ये हुनी हुनी मिला दा जुड़े ने साडे नाल। लखविंदर सिंह जी भी जुड़े ने, बेस्ट नाइस योर वर्क, थैंक यू जी। थैंक यू लखविंदर सिंह जी, तुसी भी मैनू काफी सीनियर लग रहे हो तुहाडी प्रोफाइल पिक तो। परमजीत बराड़, नाइस पिक्स जीतो, थैंक यू जी, थैंक यू। ते लियाकत अली हाय कह रहे ने। राजवीर सिंह लिबड़ा कहिंदे देव मान नाल मुकाबला होना जी आप जी का, नाभा तो नैक्सट इलेक्शन चो। बस करो बे भाई, की गल्ला करी जाने हो, मैं तो उई ना चोणा च खड़ा, मैनू तो चाहे कोई जो मर्जी कह ले, मैं तो आना खड़ा चोणा चोणा जी च, मैं तो उई नहीं लायक हैगी राजनीति थोड़ी, की गल्ला करते हो तुसी। सित्तर खाने ने लोगों के उन्ों भी पॉलिटिक्स च जाके आऊँ, आपका वधिया काम आगा, ठीक है, आपदे रोटी खाने वधिया चैन दी, दो घड़ी चैन नाल सौने आ, होर इतने खड़ जाओ वोटा च लोगों दध असीसा लैन। नोना खानपुर जीतो जी, तुहानू हमेशा परमात्मा इदा ही खुश रखे। धन्यवाद जी, धन्यवाद बहुत बहुत थोड़ा। हाँ जसवीर राज लेडी, सुनाम तो हल्की हल्की हो रही जी, बूंदा बांदी, ओके वधिया गल है, वधिया गल है जी। गर्मी भी होई पी सी वैसे थोड़ी, है ना, मौसम ठीक हो जूगा। रजिंदर औजला, कई सालों तो जुड़े हाँ जी ताडे नाल, बहुत वधिया सुभा दे लगते हो, बहुत बहुत धन्यवाद जी थोड़ा। रजिंदर औजला जी, तुहानू वधिया लग्गिया तां, तुसी इन्ने सालों तो मेरे नाल जुड़े हुए हो, मैं तुहाडी तहे दिल तो धन्यवादी हाँ, तुसी मैनू इस काबिल समझिया। नोना खानपुर कहिंदे चलो बाय जी, तो जी जे जिउंदे रहे तां फिर मिलांगे। हाँ जी, हाँ जी भाई, जरूर जरूर, कोई गल नहीं, मैं अज बिना दसे लाइव होगी, मैनू लगता अज तुसी पहले दिन ही आई हो मेरे लाइव ते भी, है ना। बलजीत सिंह गॉड ब्लैस यू जी, थैंक यू बलजीत सिंह जी। विरक बूंगे वाला जी भी ऐड होए ने अपने नाल, कहिंदे हुण बीबा जी तुसी फिल्मां दी तैयारी करो। असिया जी कोई नहीं भाई, जे परमात्मा नूं मंजूर होए तां कर लांगे, उह वी कड़ी गल आ, होर हुण फिल्मां च की हुंदा, गल्लां ही हुंदियां ने उह वी। धर्मिंदर मान जी कहिंदे सति श्री अकाल जी, हां जी सति श्री अकाल जी। ते जसवीर राज लेडी, कोई फिल्म करो जी। हाँ जी हाँ, हुण कोई फिल्म वाले मैनू लैणगे, मैं कर लूं फिल्म, हुण मैं इन्ने बजट कित्थों फिल्मां ते बनावां, फिल्म बनावां मैं जिहड़ी, मैनूं तां गाणे करने औखे हुंदे ने, उह गाणे वी मेरे सारे कंपनी वाले करदे ने गे, इन्ने पैसे वाली कित्थे आ, मैं हुण फिल्म बना दां जिहड़ी, फिल्म वाले कोई मैनूं लै लैणगे तां मैं कर दूं रोल, मैं तां इन्ना कर सकदी हाँ। देखो सिद्धी जी जिहड़ी गल आ, मैं तां साफ सुथरा जिहा बोलदी हाँ सिद्धा। राजवीर सिंह लिबड़ा, आप जी दे उस्ताद कौन कौन ने जी, कादे च उस्ताद पूछ रहे हो भाई, तुसी सिंगिंग च पूछते हो कि एक्टिंग च पूछते हो, मैनू आई नहीं समझ आउंदी हैगी। हुण कम तां दो करदी आ जीतो, के जीत गाउंदी आ भाई, जीतो आयल करदी आ, गप्पां फड़दी आ थोड़े नाल बह के, इत्थे कमलियां मारदी आ इधरलियां उधरलियां। राजवीर सिंह लिबड़ा कहिंदे ऑल ऑल तां बहुत ने जी, हुण इन्नी लंबी सब बहुत जणा तो सिखिया, है ना, हुण तुसीं इन्ना ना पुछो मैनूं, बहुत लंबी कहानी हो जूगा, तां फिर इंटरव्यूज लै लिओ कितें मेरी बहि के, फिर सुना दूं तुहानूं सारी मैं कहानी। गुरचरण भुल्लर कहिंदे सही गल, बजट भी देखना पैंदा मैडम, होर भाई हुण महंगाई तां देख लो किन्नी हो गई, इत्थे फिल्मां बनाउणी कितें हरेक दे बस दी गल पई आ, फिल्मां च तां ऐ कि रोल मिल जाए तां बंदा कर लैंदा, होर की आ। प्रभ नूं दही दे दे, दही मंग रहा सी। जसवीर राज लेड़ी, गीत ते किन्ना कु खर्चा आउंदा जी करन ते, लै भाई हुण सारियां गल्लां तुहानूं लैब ते दसा मैं, इह हैं हद होई पई आ थोड़े वाली तां भाई, इहदे च की हुंदा फोन ते गल हुंदी हुंदी आ, इह जी हुण लैब ते थोड़ी ना हुंदियां ने, परसनल गल्लां हुंदियां ने, बड़ा कुछ बुलाने भाई तुसी तां मैनूं फिर गुस्सा चढ़ा दिंदे हो, कहे कहे जीआं गल्लां करदे हो, तुसी न्याणे होंगे कहां दी, हैं सियाने प्याने बंदे हो तुसी सारे, उई होर ही गल्लां पुछण लग जांदे ने मैनूं, फिर
जीतो नो देख रहा लिया करो थोड़े सामने बैठा कौन आगा। मैं बैठी हाँ थोड़े सामने इतने के जीत थोड़ी बैठी आ। प्रिंस बबला भी जुड़े ने जीतो जी। हाँ जी हाँ जी प्रिंस बबला जी जीतो जी भी बैठी आ। असलम शरीफ वेरी ब्यूटीफुल जीतो। धन्यवाद भाई गुस्सा चढ़ गया हूं मैनू। नोना खानपुर में फिर आ गया जीतो। चंगा फिर आ गया भाई बह जा हूं टेक जा हूं गुस्सा चढ़िया पे हजे मैनू। फिलहाल बीपी मेरा बढ़ जाता बहुत सेहती। और हूं दिमाग खादा कितने गुरचरण भुलर सर गया लोगों का जमी सरिया पा। मैं कहनी पुसो ही ना कुछ इन्हों कौन समझावे कुछ नहीं है इन्हों लोटा का काम औखा ही आ। मैं तो हसन खेडन बह नहीं हाँ थोड़े गल करी इतने मेरे को बह के हिसाब किताब कर लग जाने आड़ती है बन जाने इतने मेरे हाँ जिम्मे मेरे खाते च हूं ही पाने ने पैसे भी लाया फड़ पा दे के अजीत दे खाते च पैसे गाने दे आए लग जाते बह के हिसाब किताब करना। और कम की गल नहीं करनी है कम की गल नहीं करनी जीतो नाल कोई भी हासे वाली गल करो मेरे नाल करनी है इत बह के। आ कौन ने धर्मिंदर मान जी मैडम जी कदे फरीदकोट आओ। आ जाएंगे भाई बुला लो उड़े आ जाएंगे कोई गल नहीं। हाँ किसी काम नहीं आवेंगे हूं आए थोड़ी बिना काम तो एड्डी दूर कितने आ जाता कम धंधे छड़ के। प्रिंस बबला प्रभ ठीक है जीतो जी। होर वधिया जी प्रभ भी बैठा गेम खेडता प्रभ भी। राजवीर सिंह लिबड़ा फिल्मा च आ जाना जी तुसी। सुकर देवता ने तुहानू लै आना जी फिल्मा च। अच्छा धन्यवाद जी धन्यवाद थोड़ा जे थानू ए लगता फिर मैं आ जाऊ मैनू मैं कड़ा जवाब दिनी हाँ। मैं तो गप्पा ही मारनी इधर नहीं उधर मारे आऊंगी चार जाके सैट ते बह के होर की इतने भी तो कैमरे पूरे बोली है जानी है बैठी इन्नी टेंशन नहीं मिलती है कि हाँ मेरी थोड़ी गल सुन के मेरा माड़ा जहा मन शांत हो गया। और वो तो मेरे गुस्से चढ़ गया थी सुन के पैसे पुसन लग गया लै मैनू लैब ते बह के जिवें हूं ही मेरे खाते च एंट्री पानी है उन्हें गुस्सा ना कर लियो भी भाई। मैं तो उ लगी हुई थोड़े नाल गप्पा बढ़न उ कितने वो भाई भी गुस्सा कर जे भी मैं पैसे पुस ले कोई गल नहीं गुस्सा ना करी वीरे। मैं तो मैं कमेडी करती हूँ थोड़े नाल। होर हुण कोई नहीं तू मैनू फोन करके पुस ली पैसे दस दू तेनू मैं पा दी तू मेरे खाते च कर दू तेरा गाना मैं दीप खैरा नाइस। धन्यवाद जी धन्यवाद। राजवीर सिंह लिबड़ा कहंदे तुला राशि करके लिबड़ा राशि करके तुसीं राशियां भी देखदे हो भाई लिबड़ा है। राजवीर सिंह हद होगी भाई लै सारे तुस तो भाई ज्योतिषी भी बैठे ने नाल मेरे जुड़े जड़ाए हैं हद होगी। बिट्टू गोरसी सिफत करवाना हर किसी के बस की गल नहीं जीत मैडम गाणिया के गाने अगे होर नहीं बिट्टू करे दुआवां रब अगे जामो तरक्की वल नूं। धन्यवाद धन्यवाद जी धन्यवाद। हसदी हाँ मैं तो भाई गुस्सा ना कर जो कितने आहो मेरिया गलों का गुस्सा नहीं करना नाले कदे भी ठीक आ जो मर्जी बोल दी मैं थोनू बस। जसवीर राज लेड़ी लै गुस्सा क्यों करना जी ठीक है फिर ठीक है। नोना खानपुर बहुत वधिया रोल कर दे हो जी अस्या भाई धन्यवाद फिर जी तेनों वधिया लग्या भाई। तो रजिंदर औजला कदे मानसा जिले का प्रोग्राम होवे तां दसो जी। हाँ जी जरूर दसांगे दसना का तो नहीं थोनू ही तो दसना सारे और किनू दसना मैं दसो। फेसबुक नू मैं अपना एक परिवार मानती हाँ ठीक है अं थोड़े बह जाती गल्ला मारन मैं पागल नहीं हैगी मैं नाले जेडे वध घट बोलते हैं ब्लॉक भी कर दिनी हूँ मैं नाले नाल ठीक है। तुसीं वधिया रिस्पैक्ट वाले इंसान मेरे नाल जुड़े हो तो मैं थोड़ी सारे की रिस्पैक्ट करती हाँ तो मैं भी थोड़े नाल गल्लां बातां करती हाँ नहीं तो मैं इदा नहीं किसी नूं ऐड भी कर लैनी हूँ मैं जो मैं सही लगते होंगे उन्होंने अपने नाल। अब बबला जी नूं कीता सी मैं प्रिंस बबला जी नूं एक दिन असीं काफ़ी गल्लां कीतियां सीगियां ते एक दिन एक मैं होर मुंडे नूं भी कीता सी ऐड ते पर इसलिए जे तुसीं सियाणे हो तां मैं तुहाडे नाल वधिया तरीके नाल गल करदी हां तुसीं भी मेरी सारे रिस्पैक्ट करदे हो है ना जी कहो ते जी कहाओ इज्जत करो ते इज्जत कराओ ठीक आ। इसलिए जे कोई वध घट बोलूगा मैं ब्लॉक कर दूंगी ऑप्शनां साडे कोले सारियां ही हुंदियां ने कोई गल नहीं हसो खेडो। जसविंदर सरां घेंट लुक आ की कहिंदे आ अज जीतो सोहनी लगती है ये वाले सूट च प्रिंस बबला रामगढ़िया जी। धन्यवाद जी धन्यवाद धन्यवाद बबला जी। होर भाभी ने देखे थी मेरे वीडियो जीतो वाले सारे जेडे मैं नमें पाए थी
ਕਿਵੇਂ ਲੱਗਿਆ ਉਹਨਾਂ ਨੂੰ, ਕੀ ਕਹਿੰਦੇ ਹੁੰਦੇ ਨੇ, ਫਿਰ ਮੈਨੂੰ ਦੱਸਿਆ ਕਰੋ। ਪਵਨ ਕੁਮਾਰ, ਤੁਸੀਂ ਕਿਹੜੀ ਆਈਡੀ ਤੋਂ ਨਾਲੇ ਕਮੈਂਟ ਕਰਦੇ ਹੋ ਉਹਦੇ ਉੱਤੇ ਮੇਰੇ ਜੀਤੋ ਵਾਲੇ ਵੀਡੀਓ ਤੇ? ਤੁਹਾਡੇ ਆਹ ਆਈਡੀ ਤੋਂ ਤੁਹਾਡੇ ਕਮੈਂਟ ਮੈਂ ਕਦੀ ਪੜ੍ਹੇ ਨਹੀਂ ਹੈਗੇ ਉਹਦੇ ਤੇ। ਜਸਵਿੰਦਰ ਸਰਾਂ, ਘੈਂਟ ਲੁੱਕ, ਧੰਨਵਾਦ ਜੀ, ਧੰਨਵਾਦ। ਪਵਨ ਕੁਮਾਰ, ਨਿਊ ਸੌਂਗ ਕਬ ਆਵੇਗਾ ਮੈਡਮ? ਹਾਂਜੀ ਹਾਂਜੀ, ਬਹੁਤ ਜਲਦ, ਬਹੁਤ ਜਲਦ ਆ ਜਾਣਾ ਕਿ ਅਜੀਤ ਦਾ ਨਵਾਂ ਸੌਂਗ, ਬਸ ਕੁਛ ਦਿਨਾਂ ਤੱਕ ਕਰ ਹੀ ਦੇਣਾ ਕਿਉਂਕਿ ਸਾਰੀ ਟੀਮ ਦਾ ਕੰਮ ਹੁੰਦਾ ਨਾ, ਉਹ ਮੇਰੇ ਇਕੱਲੇ ਦੀ ਬਸ ਦੀ ਗੱਲ ਨਹੀਂ ਨਾ ਹੁੰਦੀ। ਮੈਨੂੰ ਤਾਂ ਆਪ ਉੱਤੋਂ ਹੀ ਆਰਡਰ ਆਉਂਦੇ ਹੁੰਦੇ ਨੇ ਵੀ ਅੱਜ ਪੋਸਟਰ ਪਾਉਣਾ ਜੀ, ਅੱਜ ਗੀਤ ਆਉਣਾ ਜੀ, ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਦੀ ਹੁੰਦੀ ਹਾਂ। ਖੰਨਾ ਆ ਕੇ ਤਾਂ ਜੀ ਆਪ ਜੀ ਚੁੱਪ ਕਰਕੇ ਵਾਪਸ ਚਲੇ ਜਾਂਦੇ ਹੋ ਜੀ, ਤੁਹਾਨੂੰ ਕਦੋਂ ਪਤਾ ਲੱਗਿਆ ਮੈਂ ਖੰਨੇ ਆ ਕੇ ਵਾਪਸ ਕਰਕੇ ਚਲੀ ਗਈ ਚੁੱਪ ਕਰਕੇ? ਖੰਨੇ ਤਾਂ ਮੈਂ ਬਹੁਤ ਵਾਰ ਜਾਂਦੀ ਹਾਂ, ਤੁਹਾਨੂੰ ਕਿਹਨੇ ਦੱਸਤਾ। ਸਿੰਘ ਕਿੰਦਾ ਕੀ ਕਹਿੰਦੇ ਆ, ਪਾਲ ਪੰਜਾਬੀ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਹੈ ਜੀ। ਹਾਂਜੀ ਹਾਂਜੀ, ਕੋਸ਼ਿਸ਼ ਹੁੰਦੀ ਹੈ ਵਧੀਆ ਢੰਗ ਨਾਲ ਹੀ ਸਾਰਾ ਕੁਛ ਕਰੀਏ ਕੰਮ ਸਾਰੇ, ਹਨਾ। ਬਾਕੀ ਤੁਸੀਂ ਸਾਰੇ ਪਸੰਦ ਕਰਦੇ ਹੋ, ਤੁਹਾਡਾ ਸਭ ਦਾ ਤਹਿ ਦਿਲ ਤੋਂ ਧੰਨਵਾਦ ਹੈ ਕਿਉਂਕਿ ਅੱਗੇ ਕਰਨ ਵਾਲੇ ਤਾਂ ਤੁਸੀਂ ਹੋ ਸਾਰੇ, ਸ਼ੇਅਰ ਸ਼ੁਅਰ ਕਰਕੇ ਤੇ ਪ੍ਰਮੋਟ ਕਰਕੇ, ਹਨਾ, ਜੋ ਵੀ ਹੈ ਅੱਗੇ ਪਸੰਦ ਤੁਸੀਂ ਕਰਨਾ ਹੁੰਦਾ, ਹੁਣ ਅਸੀਂ ਤਾਂ ਕੋਸ਼ਿਸ਼ ਕਰ ਸਕਦੇ ਹਾਂ ਭਾਈ, ਦੇਖੋ ਅਸੀਂ ਕਰੀ ਜਾਂਦੇ ਹਾਂ, ਹਨਾ, ਹੋਰ ਕੀ ਆ। ਸਰਦਾਰ ਜੀ, ਸਤਿ ਸ੍ਰੀ ਅਕਾਲ ਜੀ, ਹਾਂਜੀ ਸਤਿ ਸ੍ਰੀ ਅਕਾਲ ਜੀ। ਜਸਵੀਰ ਰਾਜ, ਲੇਡੀ ਤੁਸੀਂ ਰਿਪਲਾਈ ਨਹੀਂ ਕਰਦੇ ਜੀ ਵੀਡੀਓ ਤੇ? ਲੋ ਕਰਦੇ ਕਾਹਤੇ ਨਹੀਂ ਹੈਗੇ ਭਾਈ, ਹੁਣ ਸਭ ਦੇ ਤਾਂ ਜਵਾਬ ਦੇ ਦਿੰਦੇ ਨੇ, ਹੁਣ ਰਿਪਲਾਈ ਹੋਰ ਦੱਸ ਕਿਵੇਂ ਕਰਦੇ ਹੁੰਦੇ ਨੇ? ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਹਾਡੀ ਗੱਲਾਂ ਦੀ, ਸਹੁਰਿਆਂ ਦੀ ਕਿਵੇਂ ਗੱਲਾਂ ਕਰਦੇ ਨੇ ਨਾ, ਮੇਰੇ ਜਮਾਨੇ ਦੀਆਂ ਫੋਟ ਕੀ ਗੱਲਾਂ ਨੇ ਇਹ, ਹੈਂ, ਕੋਈ ਗੱਲ ਨਹੀਂ ਬਾਤ ਨਹੀਂ ਹੈਗੀ, ਦੱਸ। ਮਣੀ ਜੀ ਬੱਸੋਂ, ਐਡਮੀ ਜੀ, ਐਡਮੀ ਹੈ, ਇੱਦਾਂ ਨਹੀਂ ਮੈਂ ਐਡਮੀ ਕਰਦੀ, ਮੈਂ ਤੁਹਾਨੂੰ ਜਾਣਦੀ ਨਹੀਂ ਚੰਗੀ, ਤਾਂ ਤੁਹਾਡੀ ਪ੍ਰੋਫਾਈਲ ਨਹੀਂ ਦੇਖੀ ਮੈਂ। ਰਜਿੰਦਰ ਔਜਲਾ, ਬਹੁਤ ਵਧੀਆ ਵਿਚਾਰ ਨੇ ਜੀ, ਤੁਸੀਂ ਪਹਿਲਾਂ ਕਵੀਸ਼ਰੀ ਵੀ ਗਾਉਂਦੇ ਸੀ? ਹਾਂਜੀ ਹਾਂਜੀ, ਢਾਡੀ ਜੱਥਾ ਕਰਦੀ ਤੀ ਮੈਂ ਪਹਿਲਾਂ, ਢਾਡੀ ਜੱਥਾ ਛੱਡ ਕੇ ਇੱਧਰ ਆਈ ਤੀ, ਫਿਰ ਮੈਂ ਆਹ ਦੂਜੀ ਲਾਈਨ ਕਰ ਲਈ ਤੀ, ਹੁਣ ਆਹ ਮੈਨੂੰ ਆਹ ਵਧੀਆ ਲੱਗਿਆ ਸੀਗਾ ਕਮੇਡੀ। ਜ਼ਿੰਦਗੀ 'ਚ ਜਿਉਣ ਲਈ ਹੱਸਣਾ ਬਹੁਤ ਜ਼ਰੂਰੀ ਆ ਭਾਈ, ਮੈਂ ਖੁਦ ਵੀ ਆਪ ਹੱਸਣਾ ਚਾਹੁੰਦੀ ਹਾਂ, ਇਸ ਲਈ ਫਿਰ ਮੈਂ ਤੁਹਾਨੂੰ ਵੀ ਨਾਲ ਫਿਰ ਲਾ ਲਿਆ ਆਪਣੇ, ਮੈਂ ਕਿਹਾ ਆ ਜਾਓ ਜਿਹੜਾ ਕਮਲਾ ਟੋਲਾ ਸਾਰਾ ਰਲੋ ਮੇਰੇ ਨਾਲ, ਹੱਸਦੇ ਹਾਂ ਨਾਲੇ ਹਸਾਉਂਦੇ ਹਾਂ ਰਲ ਮਿਲ ਕੇ, ਹਨਾ, ਹੋਰ ਕੀ ਆ, ਫਿਰ ਸਭ ਕੁਛ ਕਰਕੇ ਦੇਖਣਾ ਚਾਹੀਦਾ ਜ਼ਿੰਦਗੀ 'ਚ, ਗਾਉਣਾ ਆਉਂਦਾ ਗਾਲੋ, ਨੱਚਣਾ ਆਉਂਦਾ ਨੱਚੋ, ਹੱਸਣਾ ਆਉਂਦਾ ਹੱਸੋ, ਇੱਥੇ 4 ਦਿਨ ਦਾ ਰੌਣਕ ਮੇਲਾ, ਇੱਥੇ ਕੀ ਆ ਦੁਨੀਆ 'ਤੇ ਪਿਆ ਗਾ, ਉਈਓ ਹੀ ਮਰ ਜਾਓ ਇੱਥੇ। ਬਿੱਟੂ ਗੌਰ ਸੀ ਕੀ ਕਹਿੰਦੇ ਨੇ, ਪਤਾ ਨਹੀਂ ਕੀ ਲਿਆ, ਮਤਲਬ ਹੈ ਜੀ ਮੇਰੀ ਬੇਟੀ ਨੂੰ ਦੱਸੋ, ਪਤਾ ਨਹੀਂ ਕੀ ਲਿਖ ਰਹੇ ਹੋ ਤੁਸੀਂ। ਅਸਿਆ ਬਈ ਕਾ, ਅਸਿਆ ਭਾਈ ਇਹ ਸਾਡੀ ਬੋਲੀ ਆ ਸੰਗਰੂਰ ਵਾਲਿਆਂ ਦੀ, ਜਿਵੇਂ ਅੱਛਾ ਜੀ ਅੱਛਾ ਜੀ ਕਹਿੰਦੇ ਆ, ਉਹ ਸਾਡੇ ਬਹੁਤ ਵਿੱਚ ਅੱਸਾ ਜੀ ਕਹਿ ਦਿੰਦੇ ਨੇ, ਅੱਸਾ ਜੀ ਆਪਣੀ ਆਪਣੀ ਬੋਲੀ ਹੁੰਦੀ ਹੈ ਇਲਾਕੇ ਦੀ, ਹੁਣ ਕੇ ਜੀ ਤਾਂ ਇਹ ਨੀ ਬੋਲਦੀ ਹੈਗੀ, ਜਿਹੜੀ ਮੇਰੀ ਜੀਤੋ ਆ ਮੈਂ ਇਹ ਮੈਂ ਅਸਿਆ ਬੋਲਦੀ ਹਾਂ, ਠੀਕ ਆ, ਜੀਤੋ ਥੋੜੀ ਪਿੱਸੇ ਪੁੱਸੇ ਆ ਫੈਸ਼ਨ ਐ, ਜੀਤੋ ਨੀ ਬੋਲਦੀ, ਜੀ ਕੇ ਜੀਤ ਨੀ ਬੋਲਦੀ ਹੈਗੀ, ਮੈਂ ਬੋਲਦੀ ਹਾਂ ਜੀਤੋ, ਠੀਕ ਆ, ਆਹ ਸੌਣ ਵਾਸਤੇ ਤੁਹਾਨੂੰ ਨਾਲੇ। ਬਾਬਰ ਜੀਤ ਗਰੇਵਾਲ ਕਹਿੰਦੇ, ਬੋਲ ਚਾਲ ਤੇ ਇਨਸਾਨ ਦੀ ਸੁੰਦਰਤਾ ਦਾ ਪਤਾ ਲੱਗ ਜਾਂਦਾ ਹੈ, ਠੀਕ ਹੈ ਠੀਕ ਹੈ, ਧੰਨਵਾਦ ਜੀ ਬੱਬਰ ਜੀਤ ਗਰੇਵਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਇੰਨੇ ਵਧੀਆ ਵਧੀਆ ਵਿਚਾਰ ਪੇਸ਼ ਕਰ ਰਹੇ ਹੋ ਆਪਣੇ। ਰਾਜਵੀਰ ਲਿਬੜਾ ਜੀ ਕਹਿੰਦੇ, ਰਾਣਾ ਜੀ, ਸ਼ੌਂਕੀ ਜੀ, ਬੱਬੂ ਜੀ, ਆਪ ਜੀ ਦੀ ਟੀਮ ਵਰਕ ਵਧੀਆ ਜੀ, ਠੀਕ ਹੈ, ਤੁਸੀਂ ਬੱਬੂ ਜੀ ਵੀਰ ਜੀ ਉਹਨਾਂ ਨੂੰ ਹੈਪੀ, ਉਹਨਾਂ ਨੂੰ ਵੀ ਜਾਣਦੇ ਹੋਵੋਗੇ, ਇਟ ਮੀਨਸ ਨਾ ਤੁਸੀਂ ਖੰਨੇ ਤੋਂ, ਓਕੇ ਓਕੇ ਓਕੇ, ਥੈਂਕ ਯੂ ਜੀ, ਥੈਂਕ ਯੂ, ਧੰਨਵਾਦ ਤੁਹਾਡਾ ਬਹੁਤ ਬਹੁਤ। ਰਾਜਵੀਰ ਲਿਬੜਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਇੰਨਾ ਕੀਮਤੀ ਸਮਾਂ ਕੱਢ ਕੇ ਮੈਨੂੰ ਇੰਨੀਆਂ ਗੱਲਾਂ ਦੱਸ ਰਹੇ ਹੋ, ਨਾਲੇ ਮੈਨੂੰ ਆਪਦੇ ਬਾਰੇ ਵੀ ਜਾਣੂ ਕਰਵਾ ਰਹੇ ਹੋ ਤੇ ਮੇਰੇ ਬਾਰੇ ਵੀ ਜਾਣੂ ਹੋ ਰਹੇ ਹੋ ਤੁਸੀਂ, ਹਨਾ। ਬਾਕੀ ਮੈਂ ਤਾਂ ਇੱਥੇ ਸਾਰਾ ਕੁਛ ਲਿਖਦੀ ਰਹਿੰਦੀ ਹਾਂ ਆਪਦੇ ਬਾਰੇ ਫੇਸਬੁੱਕ ਤੇ, ਮੇਰੇ ਬਾਰੇ ਤਾਂ ਸਾਰੇ ਜਾਣੂ ਹੀ ਨੇ ਤਕਰੀਬਨ, ਹਨਾ, ਤੇ ਤੁਸੀਂ ਫਿਰ ਵੀ ਆਪਣਾ ਸਮਾਂ ਇੰਨਾ ਕੀਮਤੀ ਮੈਨੂੰ ਦੇ ਰਹੇ ਹੋ। ਤੇ ਜਸਵੀਰ ਰਾਜ, ਲੇਡੀ ਲੱਗਦਾ ਸਿਰ ਦੁਖਣ ਲੱਗ ਗਿਆ ਜੀ, ਜਿਹੜਾ ਸਿਰ ਤੇ ਹੱਥ ਰੱਖ ਲਿਆ
ਲੈ ਭਾਈ ਉਂਓ ਆਦਤ ਆ, ਹੁਣ ਮੈਂ ਬੁੱਢੀਆਂ ਨੂੰ ਆਦਤ ਹੁੰਦੀ ਆ ਸਾਨੂੰ ਇੱਕਣ ਆਇਆ ਬੈਠਣ ਦੀ। ਹੋਰ ਹੁਣ ਗੱਲਬਾਤ ਕਰਨ ਲਈ ਆ, ਸੋਚ ਸਮਝ ਕੇ ਆਇਆ, ਫਿਰ ਐਂ ਕਰਕੇ ਬੈਠਣ ਦੀ ਆਦਤ ਹੁੰਦੀ ਆ ਜਿਹੜੀਆਂ ਬੁੱਢੀਆਂ ਹੁੰਦੀਆਂ ਨੇ ਜ਼ਿਆਦਾ ਉਹਨਾਂ ਨੂੰ। ਗੁਰਜਿੰਦਰ ਸਿੰਘ ਬਹੁਤ ਵਧੀਆ ਭਾਈ, ਧੰਨਵਾਦ ਜੀ, ਧੰਨਵਾਦ ਤੁਹਾਡਾ ਗੁਰਜਿੰਦਰ ਸਿੰਘ ਜੀ। ਰਾਜਵੀਰ ਸਿੰਘ ਲਿਬੜਾ ਕਹਿੰਦੇ ਸਾਰੇ ਦੋਸਤ ਨੇ ਜੀ ਸਾਡੇ। ਅੱਸਿਆ ਜੀ ਅੱਸਿਆ, ਠੀਕ ਹੈ ਠੀਕ ਹੈ ਠੀਕ ਹੈ। ਫਿਰ ਤੁਸੀਂ ਪਹਿਲਾਂ ਤਾਂ ਦੱਸਿਆ ਨਹੀਂ ਭਾਈ ਮੈਨੂੰ, ਹੈ ਹੋਰ ਹੁਣ ਉਦਾਂ ਦੀ ਮੈਂ ਕਿਵੇਂ ਬੋਲੀ ਜਾਂਦੀ ਹਾਂ ਤੁਹਾਡੇ ਨਾਲ, ਤੁਸੀਂ ਮੈਨੂੰ ਪਹਿਲਾਂ ਦੱਸਣਾ ਸੀਗਾ। ਮੈਂ ਤਾਂ ਕਈ ਕੁਛ ਬੋਲ ਜਾਂਦੀ ਹਾਂ ਤੇ ਮੈਨੂੰ ਨਹੀਂ ਪਤਾ ਲੱਗਦਾ ਬੋਲਣ ਲੱਗੀ ਨੂੰ। ਹੋਰ ਹੁਣ ਠੀਕ ਹੈ ਠੀਕ ਹੈ ਠੀਕ ਹੈ, ਥੈਂਕ ਯੂ, ਧੰਨਵਾਦ ਤੁਹਾਡਾ ਭਾਈ, ਤੁਸੀਂ ਮੈਨੂੰ ਦੱਸੀ ਹੈ ਇੰਨੀ ਗੱਲ, ਹਨਾ ਮੈਨੂੰ ਤਾਂ ਪਤਾ ਹੀ ਨਹੀਂ ਸੀ, ਮੈਂ ਤਾਂ ਉਹ ਮਾਰਦੀ ਰਹਿੰਦੀ ਹਾਂ ਬੈਠੀ ਇੱਥੇ ਜੱਕੜ। ਅੰਮ੍ਰਿਤਪਾਲ ਗੋਇਲ, ਵੈਰੀ ਵੈਰੀ ਠੀਕ, ਚਲੋ ਠੀਕ ਹੈ ਭਾਈ, ਹੁਣ ਮਿਸ ਕਰਦੀ ਹਾਂ, ਫਿਰ ਗੱਲ ਗੱਲ ਕਰਾਂਗੇ।